You're watching channel Jag Punjabi. Jag Jiyondeyan de Mele. दोस्तों सत श्री अकाल, मैं सतविंदर सिंह हाजर हाँ लै के प्रोग्राम रूबरू। अज असी इस प्रोग्राम दे विच तुहाडी मुलाकात करवा रहे हाँ मिस्टर पीटर संधु होना नाल, जिहड़े कि एडमिंटन तो MLA हन। आओ असी उन्हां दे नाल गलबात करते हाँ कि उन्हां दा किस तरह सबब बनिया कनेडा जाण दा, किस तरह उन्हां दा सबब बनिया सियासत विच आउण दा। आओ पीटर संधु होना नाल तुहाडी मुलाकात करवाते हाँ। संधु साहब, तुहाडा बहुत बहुत स्वागत है जी साडे प्रोग्राम दे विच। सत श्री अकाल जी। सत श्री अकाल संधु साहब, सानू तुसीं इह दसो कि तुसीं उस किस पार्टी नूं रिप्रजेंट करदे हो कनेडा दे विच, और किस एरिए नूं रिप्रजेंट कर रहे हो तुसीं? हांजी, मैं एडमिंटन मैनिंग तों MLA हां जी। अलबर्टा साडी स्टेट आ। ठीक है। एडमिंटन कैपिटल आ अलबर्टा दी। ठीक ठीक है। सो उन्हां चों 18 MLA आ, उन्हां चों इक मैं वी एडमिंटन दा MLA आ, कैपिटल स्टेट दा। ठीक है। सो सब किन्ने एक साल हो गए तुहानूं सियासत दे विच आया नूं उत्थे? किन्ने एक साल तों तुसीं ऐसे MLA जिहड़े आ अपनी पार्टी नूं रिप्रेजेंट कर रहे हो? मैं जी अपना 2008 पहली वार इलेक्शन MLA दा एज ए MLA लड़िया। तो परमात्मा वाहिगुरू दी कृपा नाल पहली वार ही ਆਪਾਂ ਨੂੰ ਉੱਥੇ ਸਕਸੈਸ ਮਿਲੀ, ਲੋਕਾਂ ਨੇ ਐਕਸੈਪਟ ਕੀਤਾ। ਸੋ ਮੈਂ 3 ਸਾਲ ਹੋ ਗਏ ਗਵਰਨਮੈਂਟ MLA ਹਾਂ ਜੀ, ਉਹ ਅਲਬਰਟਾ ਸੂਬੇ 'ਚ। ਠੀਕ ਹੈ। ਸੰਧੂ ਸਾਹਿਬ, ਤੁਸੀਂ ਸਾਨੂੰ ਆਪਣੇ ਇੱਥੇ ਪੰਜਾਬ ਦੇ ਵਿੱਚ ਪਿਛੋਕੜ ਬਾਰੇ ਦੱਸੋ ਵੀ ਤੁਸੀਂ ਕਿੱਥੇ ਜਨਮੇ ਔਰ ਕਿੱਦਾਂ ਤੁਹਾਡੀ ਜਿਹੜੀ ਐਜੂਕੇਸ਼ਨ ਹੋਈ, ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਉੱਥੇ ਕਨੇਡਾ ਗਿਆ ਨੂੰ? ਹਾਂਜੀ, ਮੈਂ 1979 'ਚ ਮੈਂ ਆਪਣੇ ਪੰਜਾਬ ਡਿਸਟ੍ਰਿਕਟ ਮੋਗਾ ਪਿੰਡ ਮਨਾਵਾ ਤੋਂ ਕੈਨੇਡਾ ਨੂੰ ਗਿਆ ਜੀ। ਆਲਮੋਸਟ 31 ਸਾਲ ਹੋ ਗਏ ਉੱਥੇ ਰਹਿੰਦਿਆਂ ਨੂੰ। ਠੀਕ ਹੈ। ਅਤੇ ਜਿਹੜੀ ਸਾਡੀ ਐਜੂਕੇਸ਼ਨ ਬੇਸਿਕਲੀ ਪਿੰਡ ਤੋਂ ਮੈਟ੍ਰਿਕ ਕੀਤੀ, ਉਹ ਮਨਾਵਾ ਪਿੰਡ ਆ ਸਾਡਾ ਮੋਗਾ ਡਿਸਟ੍ਰਿਕਟ 'ਚ। ਅਤੇ BA ਫਾਈਨਲ 'ਚ ਮੈਂ ਸੀਗਾ ਜਦੋਂ ਐਜ਼ ਅ ਪੇਰੈਂਟਸ ਦੇ ਨਾਲ, ਮੈਂ 18 ਸਾਲ ਦੀ ਏਜ ਸੀਗੀ ਜਦੋਂ ਮੈਂ ਕੈਨੇਡਾ 'ਚ ਲੈ ਗਿਆ। ਠੀਕ ਹੈ। ਸੋ ਉੱਥੇ ਕੈਨੇਡਾ ਜਾ ਕੇ ਪਿਛਲੇ 31 ਸਾਲਾਂ 'ਚ ਮਿਹਨਤ, ਸੱਚੇ ਦਿਲੋਂ ਮਿਹਨਤ ਕੀਤੀ। ਸੋ ਅੱਜ ਜਿਹੜਾ ਅਸੀਂ ਉੱਥੋਂ ਦੇ ਗੌਰਮੈਂਟ MLA ਹਾਂ, ਬੜੀ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੇ ਇਹ ਮਾਣ ਬਖਸ਼ਿਆ ਜੀ। ਸੰਤ ਸਰ, ਜਦੋਂ ਕੋਈ ਵੀ ਪੰਜਾਬੀ ਜਦੋਂ ਆਪਣੇ ਇਸ ਧਰਤੀ ਨੂੰ ਛੱਡ ਕੇ ਪ੍ਰਦੇਸ਼ ਦੀ ਧਰਤੀ ਦੇ ਵਿੱਚ ਚਲੇ ਜਾਂਦਾ, ਤਾਂ ਉਦੋਂ ਉਹਨੂੰ ਕਿਹੜੀਆਂ ਕਿਹੜੀਆਂ ਮਤਲਬ ਸਮੱਸਿਆਵਾਂ ਜਿਹੜੀਆਂ ਵੀ ਪੇਸ਼ ਆਉਂਦੀਆਂ, ਉਹਨਾਂ ਨੂੰ ਉਹਨਾਂ ਕਿਹੜੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ? ਦੇਖੋ ਜੀ, ਜਦੋਂ ਵੀ ਕਿਤੇ ਤੁਸੀਂ ਨਵੇਂ ਥਾਂ ਜਾਂਦੇ ਹਾਂ, ਭਲਾ ਅਸੀਂ ਕੈਨੇਡਾ ਤੋਂ ਇੱਥੇ ਆਈਏ, ਸਾਨੂੰ ਉਹ ਮੁਸ਼ਕਲਾਂ ਆਉਂਦੀਆਂ। ਉਸੇ ਤਰ੍ਹਾਂ ਜਦੋਂ ਤੁਸੀਂ ਇਸ ਕੰਟਰੀ 'ਚੋਂ ਇੰਡੀਆ 'ਚੋਂ ਸੀਗੇ, ਮੈਂ ਗਿਆ ਸੀਗਾ ਸਪੈਸ਼ਲੀ, ਤੁਸੀਂ ਇੱਥੇ ਇੱਕ ਕਾਲਜ 'ਚ ਪੜ੍ਹਦੇ ਸੀਗੇ, ਇੰਗਲਿਸ਼ ਜਿਹੜੀ ਸਾਡੀ ਸਪੀਕਿੰਗ ਬਹੁਤ ਘੱਟ ਸੀਗੀ, ਫਸਟ ਤਾਂ ਸਾਨੂੰ ਉਹਦੀ ਇੰਗਲਿਸ਼ ਦੀ ਬੜੀ ਪ੍ਰੋਬਲਮ ਸੀਗੀ। ਉਸ ਦੇ ਨਾਲ ਜਿਹੜਾ ਇੱਥੋਂ ਦਾ ਸਿਸਟਮ ਆ, ਕੈਨੇਡੀਅਨ ਸਿਸਟਮ ਆ, ਉਹਦੇ 'ਚ ਹਰ ਇੱਕ ਬੰਦਾ ਜਿਹੜਾ ਉਹ ਨੂੰ ਅਧਿਕਾਰ ਜਿਹੜੇ ਆ ਉੱਥੋਂ ਦੇ ਇੱਕੋ ਤਰ੍ਹਾਂ ਦੇ ਸੇਮ ਆ ਜੀ, ਕੋਈ ਡਿਫਰੈਂਸ ਨਹੀਂ ਗੇ। ਉਹ ਜਿਹੜਾ ਸੂਬੇ ਦੀ ਤਰੱਕੀ ਦਾ ਕਾਰਨ ਵੀ ਆ ਹੀ ਆ, ਜਿਹੜੇ ਉੱਥੋਂ ਦੇ ਕੈਨੇਡੀਅਨ ਲੋਕ ਜਿਹੜੇ ਕੈਨੇਡਾ 'ਚ ਜਾਂਦੇ ਜਾਂ ਰਹਿੰਦੇ ਆ, ਉਹ ਮਿਹਨਤ ਕਰਦੇ ਆ, ਅਤੇ ਉਹਨਾਂ ਨੂੰ ਉਹ ਆਪਣੀ ਮਿਹਨਤ ਦੇ ਸਦਕਾ ਉੱਥੋਂ ਦੀਆਂ ਪੋਲੀਟਿਕਸ 'ਚ, ਉੱਥੋਂ ਦੇ ਬਿਜ਼ਨਸਮੈਨ ਬੁਲੰਦੀਆਂ 'ਤੇ ਜਾਂਦੇ, ਕਿਉਂ ਜਿਹੜੀ ਕੈਨੇਡਾ ਇੱਕ ਬਹੁਤ ਮਲਟੀਕਲਚਰਲ ਕੈਨੇਡੀਅਨ ਕੰਟਰੀ ਹੈ ਕਹਿ ਲਓ। ਉਹਦੇ 'ਚ ਵਿਦ ਇਨ ਦਾ ਕੰਟਰੀ ਸੋ ਮੈਨੀ ਡਿਫਰੈਂਟ ਅਦਰ ਕਲਚਰਸ, ਜਿਹੜੇ ਲੋਕ ਜਿਵੇਂ ਸਾਡੇ ਏਸ਼ੀਆ ਤੋਂ ਲੈ ਲਓ, ਯੂਰਪ ਤੋਂ ਲੈ ਲਓ, ਬਹੁਤ ਵਰਲਡ ਦੇ ਸਾਰੀਆਂ ਕੰਟਰੀਆਂ ਦੇ ਲੋਕ ਉੱਥੇ ਜਾਂ ਭਾਈਚਾਰੇ ਦੇ ਲੋਕ ਉੱਥੇ ਰਹਿ ਰਹੇ ਹਨ। ਪਰ ਜਿਹੜੀਆਂ ਮਤਲਬ ਸਮੱਸਿਆਵਾਂ ਕਿਸੇ ਨੂੰ ਆ ਸਕਦੀਆਂ ਹੈਗੀਆਂ, ਵੀ ਇੱਕ ਕਲਚਰ ਉੱਥੇ ਡਿਫਰੈਂਟ ਜਾਣ ਨੂੰ ਮਿਲਦਾ ਹੈਗਾ, ਇੱਥੇ ਕੁਛ ਹੋਰ ਕਲਚਰ ਹੈ, ਕਲਚਰ ਇੱਕ ਤਾਂ ਸਾਡੇ ਰਹਿਣ ਸਹਿਣ ਦਾ ਕਲਚਰ, ਔਰ ਦੂਸਰਾ ਜਿਹੜਾ ਹੈਗਾ ਕਿ ਉੱਥੇ ਕੰਮ ਕਰਨ ਦਾ ਕਲਚਰ ਜਿਹੜਾ ਹੈਗਾ, ਮੇਰੇ ਖਿਆਲ 'ਚ ਕੁਛ ਡਿਫਰੈਂਸ ਹੈ ਉਹਦਾ। ਜਿਹੜਾ ਕੈਨੇਡਾ ਜੀ, ਉਹਦੀ ਹੋਂਦ 143 ਸਾਲ ਦੇ ਨੇੜੇ ਤੇ ਲਗਭਗ ਹੈਗੀ ਹੈ, 1867 'ਚ ਬਣੇ। ਠੀਕ ਹੈ। ਉੱਥੇ ਜਿਹੜੀ ਲੋਕਾਂ ਦੀ ਮਿਹਨਤ ਦੇ ਨਾਲ ਉਸ ਕੰਟਰੀ ਦਾ ਜਿੱਥੇ ਇਨਫਰਾਸਟ੍ਰਕਚਰ ਦੇਖੋ, ਜਾਂ ਉੱਥੋਂ ਦਾ ਰਹਿਣ ਸਹਿਣ ਦੇਖੋ, ਜਾਂ ਉੱਥੋਂ ਦਾ ਐਜੂਕੇਸ਼ਨ ਸਿਸਟਮ, ਜਾਂ ਉੱਥੋਂ ਦਾ ਹੈਲਥ ਸਿਸਟਮ ਦੇਖੋ, ਉੱਥੇ ਬੁਨਿਆਦੀ ਲੋਕਾਂ ਦੇ ਜਿਹੜੇ ਆਪਾਂ ਮੰਗਸ ਆ ਉਹ ਗੱਲ ਕਰਦੇ ਹਾਂ, ਉਹ ਮਿਹਨਤ ਸਦਕਾ ਹੀ ਠੀਕ ਆ। ਪ੍ਰੋਬਲਮ ਆਉਂਦੀਆਂ ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਪਹਿਲੀ ਜਾਂ ਮੈਂ ਪਹਿਲੀ ਜੋਬ ਸੀ ਮੇਰੀ ਇੱਕ ਨੋਰਮਲ ਫਾਰਮ ਜੋਬ ਸੀਗੀ, ਉਸ ਤੋਂ ਬਾਅਦ ਅਸੀਂ ਜਾਣੀ ਕਿ ਮਿਹਨਤ ਕੀਤੀ,
ਉਸ ਤੋਂ ਬਾਅਦ ਇੱਕ ਜੌਬ ਵੀ ਆਪਣਾ ਕਰਦੇ ਰਹੇ 20 ਸਾਲ ਜੌਬ ਵੀ ਕੀਤੀ ਹੈ ਜੌਬ ਦੇ ਨਾਲ ਇੱਕ ਨੈਕਸਟ ਸਟੈਪ ਸੀਗਾ ਇੱਕ ਰੀਅਲ ਸਟੇਟ ਏਜੰਟ ਬਣੇ ਰੀਅਲ ਸਟੇਟ ਡਿਵੈਲਪਰ ਬਣੇ ਇੱਕ ਆਪਣਾ ਬਿਜ਼ਨਸ ਇੰਡੀਪੈਂਡੈਂਟ ਬਿਜ਼ਨਸਮੈਨ ਬਣੇ ਉੱਥੋਂ ਦੇ ਜਿਹੜੇ ਕਿ ਅਸੀਂ ਆਲਮੋਸਟ ਉੱਥੋਂ ਦੇ ਜਿਹੜੇ ਕੈਨੇਡਾ ਦੇ ਲੋਕ ਆ 150-160 ਇੰਪਲਾਈਜ਼ ਵੀ ਹੈਗੇ ਆ ਸੋ ਅਸੀਂ ਉਹ ਤਰੀਕੇ ਨਾਲ ਸਟਾਰਟਿੰਗ ਜ਼ਰੂਰ ਪੁਆਇੰਟ ਹੈਗਾ ਪਰ ਉਸ ਤੋਂ ਬਾਅਦ ਉੱਪਰ ਲੈਂਡ ਓਪਰਚੁਨਿਟੀ ਬਹੁਤ ਆ ਤੁਸੀਂ ਉਸ ਇੱਕ ਸਟੈਪ ਤੋਂ ਜਿਹੜਾ ਨੈਕਸਟ ਸਟੈਪ ਲੈਣਾ ਉਹ ਬਹੁਤ ਇੰਨਾ ਹਾਰਡ ਨਹੀਂ ਹੈਗਾ ਜੇ ਤੁਸੀਂ ਮਿਹਨਤੀ ਆ ਮਿਹਨਤ ਕਰਨਾ ਚਾਹੁੰਦੇ ਆ ਜਿਹੜੀ ਉੱਥੇ ਦੀ ਪੰਕਚੁਅਲਿਟੀ ਆ ਔਨ ਟਾਈਮਿੰਗ ਹੈਗਾ ਜੀ ਸਾਡਾ ਉਹ ਬਹੁਤ ਜ਼ਰੂਰੀ ਹੈ ਉਸ ਕੰਟਰੀ ਦਾ ਸਾਡੇ ਉੱਥੇ ਯੂ ਨੋ ਲਾਈਕ ਮੈਂ ਆਪਣੀ ਹੁਣ ਐਜ਼ ਐਮ ਐਲ ਏ ਗੱਲ ਕਰ ਲਈਏ ਸਾਡੀ ਜਿਹੜੀ ਮੀਟਿੰਗਸ ਆ ਉਹ 7 ਵਜੇ ਤੋਂ ਸਟਾਰਟ ਹੋ ਜਾਂਦੀਆਂ ਕਈ ਵਾਰ 11-11 ਵਜੇ ਰਾਤ ਦੇ ਵੱਜ ਜਾਂਦੇ ਆ ਮੋਸਟਲੀ ਮੈਂ ਇੱਥੋਂ ਦਾ ਕਲਚਰ ਦੇਖਿਆ ਬੜਾ ਡਿਫਰੈਂਸ ਆ ਸਾਡੇ ਅਤੇ ਐਜ਼ ਏ ਕੈਨੇਡੀਅਨ ਪੋਲੀਟੀਸ਼ੀਅਨ ਅਤੇ ਜਿਹੜੇ ਪੰਜਾਬ ਜਾਂ ਇੰਡੀਆ ਦੇ ਪੋਲੀਟੀਸ਼ੀਅਨ ਆ ਇੱਥੇ ਜਿਹੜਾ ਟਾਈਮ ਜਦੋਂ ਡੇ ਸਟਾਰਟ ਕਰਦੇ ਥੋੜ੍ਹਾ ਜਿਹਾ ਲੇਟ ਕਰਦੇ ਹਾਂ ਸਾਡਾ ਜਿਹੜਾ ਟਾਈਮਿੰਗ ਸਟਾਰਟ ਆ ਉਹ 7 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਸੰਸਦ ਸਾਨੂੰ ਤੁਸੀਂ ਇਹ ਦੱਸੋ ਕਿ ਜਿਵੇਂ ਅਸੀਂ ਆਪਾਂ ਭਾਵੇਂ ਕਿ ਉੱਥੇ ਮਲਟੀ ਕਲਚਰ ਸੁਸਾਇਟੀ ਹੈ ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਪਰ ਉਹ ਗੋਰਿਆਂ ਦੀ ਆਪਾਂ ਉਹਨੂੰ ਧਰਤੀ ਸਮਝਦੇ ਹੈਗੇ ਹਾਂ ਇੱਥੇ ਇੰਡੀਆ 'ਚ ਬੈਠੇ ਸਮਝਦੇ ਵੀ ਗੋਰਿਆਂ ਦੀ ਧਰਤੀ ਹੈ ਉੱਥੇ ਗੋਰਿਆਂ ਦੀ ਧਰਤੀ 'ਤੇ ਜਾ ਕੇ ਤੁਹਾਨੂੰ ਮੈਂ ਸਿਆਸਤ ਦੇ ਵਿੱਚ ਆਉਣ ਦਾ ਕਿਸ ਤਰ੍ਹਾਂ ਚਾਂਸ ਮਿਲਿਆ ਕਿਸ ਤਰ੍ਹਾਂ ਉਹਦਾ ਸਬੱਬ ਬਣਿਆ ਸਾਡੀ ਜਿਹੜੀ ਪਾਰਟੀ ਹੈ ਜੀ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੈ ਉਹਨੂੰ ਸ਼ੋਰਟ ਵਰਜਨ ਪੀ ਸੀ ਕਹਿੰਦੇ ਆ ਠੀਕ ਹੈ ਅਸੀਂ ਉਸ ਸੂਬੇ 'ਚ 1972 ਤੋਂ ਲੈ ਕੇ ਹੁਣ ਤਾਂ ਹੀ ਸਾਡੀ ਸਰਕਾਰ ਚੱਲਦੀ ਕੋਈ ਲਗਭਗ 40 ਈਅਰਸ ਆ ਜੇ ਉਹਦਾ ਨੈਟਸ਼ੈਲ ਗੱਲ ਕਰੀਏ ਸਾਰੇ ਕੈਨੇਡਾ 'ਚੋਂ ਸੂਬੇ ਦੀ ਗੱਲ ਕਰੀਏ ਸਭ ਤੋਂ ਜਿਹੜਾ ਰਿਚ ਸੂਬਾ ਨੌਰਥ ਅਮੈਰੀਕਾ ਦਾ ਠੀਕ ਉਹਦੇ 'ਚ ਸੈਕਿੰਡ ਸਾਊਦੀ ਅਰੇਬੀਆ ਦਾ ਓਇਲ ਭੰਡਾਰ ਆ ਜਿਹੜਾ 135-140 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਜਿਹੜਾ ਗੈਸ ਆ ਧਰਤੀ 'ਚੋਂ ਨਿਕਲ ਰਿਹਾ ਬੜੀ ਨੈਚੁਰਲ ਰਿਸੋਰਸ ਆ ਉਹਦੇ ਨਾਲ ਜਿਹੜਾ ਥਰਡ ਆ ਇੱਕ ਬਹੁਤ ਵਧੀਆ ਐਗਰੀਕਲਚਰ ਸੂਬਾ ਵੀ ਆ ਸੋ ਉਸ ਕੰਟਰੀ 'ਚ ਮੈਂ ਪ੍ਰੋਵਿੰਸ 'ਚ 81 'ਚ ਮੂਵ ਹੋਇਆ ਮੇਰੇ ਭੂਆ ਜਿਹਾ ਲੜਕਾ ਉਹਨਾਂ ਨੇ ਇਲੈਕਸ਼ਨ ਨੋਮੀਨੇਸ਼ਨ ਲੜੀ ਕੋਈ 1985 ਦੀ ਗੱਲ ਹੈ ਜੀ ਉਹ ਸਕਸੈਸ ਨਹੀਂ ਹੋਏ ਉਹ ਮੈਨੂੰ ਪਾਰਟੀ ਦੇ ਮੈਂਬਰ ਮੈਂ ਬਣ ਗਿਆ ਉਸ ਉਹਨਾਂ ਦੇ ਨੋਮੀਨੇਸ਼ਨ ਲੜਨ ਦੇ ਨਾਲ ਮੈਂ ਪਾਰਟੀ ਦੇ ਮੈਂਬਰ ਬਣਿਆ ਸੋ ਮੈਂ ਉਹ ਕੰਟੀਨਿਊ ਰੱਖਿਆ ਆਪਣਾ ਪ੍ਰੋਗਰਾਮ ਪਾਰਟੀ 'ਚ ਕੰਮ ਕਰਨ ਦਾ ਸੋ ਆਲਮੋਸਟ ਕਹਿ ਲਓ ਵੀ 25 ਸਾਲ ਮੈਨੂੰ ਲੱਗ ਗਏ ਇਸ ਮੁਕਾਮ 'ਤੇ ਪਹੁੰਚਣ ਲਈ ਅਤੇ ਮੈਂ ਆਪਣਾ ਬਹੁਤ ਹਾਰਡ ਵਰਕ ਕੀਤਾ ਆਪਣੀ ਪਾਰਟੀ ਲੈਵਲ 'ਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਫਲਾਇਰ ਵੀ ਡਿਲੀਵਰ ਕੀਤੇ ਦੂਜੇ ਐਮ ਐਲ ਏ ਐਮ ਪੀਜ਼ ਲਈ ਤੁਹਾਨੂੰ ਪਤਾ ਕਿ ਪੋਲੀਟਿਕਸ ਐਜ਼ ਏ ਵਰਕਰ ਅਸੀਂ ਗਰਾਸ ਰੂਟ ਦੇ ਤੋਂ ਲੱਗੇ ਹਾਂ ਅਤੇ ਸਾਨੂੰ ਲੋਕਾਂ ਦੇ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਵੀ ਗਿਆਨ ਆ ਕਿਉਂ ਮੈਂ ਵੀ ਉਸ ਇੱਕ ਦਿਨ ਸੀ ਜਦੋਂ ਮੈਂ ਇੱਥੋਂ ਗਿਆ ਸੀ ਕੰਟਰੀ 'ਚ $10 ਲੈ ਕੇ ਸੋ ਮੈਂ ਉਸ ਸਟੇਜਾਂ ਤੋਂ ਲੰਘ ਕੇ ਗਿਆ ਸੀ ਮੈਨੂੰ ਪਤਾ ਮੇਰੇ ਜਿਹੜੇ ਕੰਸਟੀਚੂਐਂਟ ਆ ਵੀ ਉਹਨਾਂ ਦੇ ਡੇ ਟੂ ਡੇ ਕੀ ਪ੍ਰੋਬਲਮਸ ਆ ਸੋ ਮੈਂ ਉਹਨਾਂ ਨੂੰ ਜਦੋਂ ਉਹਨਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਆਫਿਸ 'ਚ ਆ ਕੇ ਉਹ ਮੈਨੂੰ ਕੰਪਲੇਂਟ ਕਰਦੇ ਆ ਜੀ ਸਾਡੇ ਜੇ ਕੋਈ ਉਹਨਾਂ 'ਚ ਆਪਣੀ ਸੋਸ਼ਲ ਚੈੱਕ ਨਹੀਂ ਮਿਲਦੀ ਜਾਂ ਵੈਲਫੇਅਰ ਦੀ ਚੈੱਕ ਨਹੀਂ ਮਿਲਦੀ ਸੋ ਮੈਨੂੰ ਉਹ ਵੀ ਫੀਲ ਹੁੰਦਾ ਵੀ ਆ ਮੈਨੂੰ ਮੈਂ ਵੀ ਉਸ ਦਿਨ ਐਕਸਟੈਕ ਦਿਨ 'ਤੇ ਉਸ ਸਟੇਜ 'ਤੇ ਸੀ ਜਦੋਂ ਤੁਹਾਨੂੰ ਕੋਈ $700-800 ਦੋ ਵੀਕਾਂ ਦੀ ਅਰਨਿੰਗ ਨਾ ਮਿਲੇ ਤਾਂ ਵੀ ਤੁਸੀਂ ਜਿਹੜੀਆਂ ਤੁਹਾਡੀ ਪੇਮੈਂਟਸ ਆ ਜਾਂ ਜਿਹੜੇ ਤੁਹਾਡੇ ਖਰਚੇ ਆ ਘਰ ਦੇ ਕਿਵੇਂ ਚਲਾਉਣੇ ਆ ਸੋ ਮੈਂ ਉਹਨਾਂ ਦੀ ਫੀਲਿੰਗ ਅੰਡਰਸਟੈਂਡ ਕਰਦਾ ਸੋ ਮੈਂ ਜਦੋਂ ਮੈਂ ਪੋਲੀਟਿਕਸ 'ਚ ਆਉਣ ਦੇ ਨਾਲ ਮੈਂ ਬਹੁਤ ਵਧੀਆ ਉੱਥੇ ਪਿਛਲੇ 20 ਸਾਲ ਤੋਂ ਬਿਜ਼ਨਸਮੈਨ ਵੀ ਆ ਸੋ ਮੈਨੂੰ ਦੋਨੇ ਕਲਚਰ ਦਾ ਪਤਾ ਐਜ਼ ਏ ਜਦੋਂ ਤੁਸੀਂ ਕੰਮ ਕਰਦੇ ਕਿਸੇ ਨਾਲ ਤਾਂ ਜਦੋਂ ਤੁਸੀਂ ਐਜ਼ ਏ ਬਿਜ਼ਨਸ ਓਨਰ ਆ ਵੀ ਤੁਸੀਂ ਕਿਹੜੀਆਂ ਤਕਲੀਫਾਂ ਵਿੱਚ ਲੰਘਦੇ ਆ ਡੇ ਟੂ ਡੇ ਸੋ ਮੈਂ ਇਸ ਨਾਲ ਜਦੋਂ ਉਹਨਾਂ ਨੇ ਮੇਰਾ ਦੇਖਿਆ ਮੇਰੀ ਸਾਰਾ ਰੈਜ਼ਮੇ ਵੀ ਮੈਂ ਪਹਿਲਾਂ ਕੀ ਮੈਂ ਕੀਤਾ ਆਪਣੀ ਲਾਈਫ 'ਚ ਤਾਂ ਜਿਹੜੇ ਕੈਨੇਡੀਅਨ ਲੋਕ ਆ ਸਾਡੀ ਮੇਰੇ ਇਲਾਕੇ 'ਚ ਕੋਈ ਆਲਮੋਸਟ 400-500 ਵੋਟ ਆ ਟੋਟਲ 45,500 ਵੋਟ ਆ ਉੱਥੇ ਟੋਟਲ ਉਹਦੇ 'ਚੋਂ 400-500 ਵੋਟ ਸਾਡੇ ਪੰਜਾਬੀ ਭਾਈਚਾਰੇ ਦੀ ਆ ਸੋ ਬਹੁਤ ਛੋਟਾ ਜਿਹਾ ਪੋਰਸ਼ਨ ਆ ਸਾਡਾ ਪੰਜਾਬੀ ਭਾਈਚਾਰੇ ਦਾ ਫਿਰ ਵੀ ਉਹਨਾਂ ਲੋਕਾਂ ਨੇ ਮੈਨੂੰ ਮੇਰੇ ਜਿਹੜਾ ਪਿਛਲ ਲਾਈਫ ਸੀਗੀ ਉਹਦੇ ਬਾਅਦ ਦੇਖਿਆ ਵੀ 30 ਸਾਲ ਕੈਨੇਡਾ 'ਚ ਰਹਿ ਰਹੇ ਆ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਕੀ ਲੋਕਾਂ ਆਮ ਲੋਕਾਂ ਲਈ ਕੀ ਕੀਤਾ ਸੋ ਉਹਨਾਂ ਨੇ ਮੇਰੀ ਬਾਇਓਗ੍ਰਾਫੀ ਦੇਖੀ ਮੇਰੀ ਫੈਮਿਲੀ ਸਟਾਈਲ ਦੇਖਿਆ ਤਾਂ ਮੈਨੂੰ ਐਕਸੈਪਟ ਕੀਤਾ
ਸਭ ਸਰ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਕੈਨੇਡਾ ਦੇ ਵਿੱਚ ਜਿਵੇਂ ਵੀ ਅਸੀਂ ਸੋਚਦੇ ਹਾਂ ਵੀ ਜਿਹੜੇ ਆਹ ਬਰਾਦਰੀ ਦੀ ਜਿਹੜੀ ਜ਼ਿਆਦਾ ਵੋਟ ਹੈ ਵੀ ਉਹਨੂੰ MLA ਖੜਾ ਕਰ ਦਿਓ ਉਹਦਾ ਬਣਨਾ ਬੜਾ ਸੌਖਾ ਹੁੰਦਾ ਹੈ ਵੀ ਇੱਦਾਂ ਤਾਂ ਉੱਥੇ ਕੋਈ ਨਹੀਂ ਹੈ ਵੀ ਤੁਸੀਂ ਦੱਸਿਆ ਵੀ 40-45 ਹਜ਼ਾਰ ਵੋਟਰ ਹੈ ਉਹਦੇ 'ਚ ਸਿਰਫ 400-500 ਜਿਹੜੇ ਪੰਜਾਬੀ ਹੈ ਇਹਦਾ ਮਤਲਬ ਕੰਮ ਨੂੰ ਅਹਿਮੀਅਤ ਦਿੰਦੇ ਹੈਗੇ ਕਿ ਨਾ ਕਿ ਬੰਦੇ ਦੀ ਦੇਖਦੇ ਰਹੇ ਇਹਦੀ ਕੀ ਮਤਲਬ ਕਾਸਟਿਜ਼ਮ ਨੂੰ ਜਿਹੜੀ ਹੈਗੀ ਉਹ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਹੈਗੇ ਤੁਹਾਡੀ ਕਰੈਕਟ ਸਟੇਟਮੈਂਟ ਆ ਜੀ ਉਹ ਲੋਕ ਜਿਹੜੇ ਆ ਬੜੇ ਸੁਲਝੇ ਸਿਆਣੇ ਲੋਕ ਆ ਉਹਨਾਂ ਦੀ ਜਿਹੜੀ ਵੋਟ ਲੈਣੀ ਆ ਉਹ ਕਿਸੇ ਦੇ ਇਨਫਲੂਐਂਸ ਥੱਲੇ ਨਹੀਂ ਮਿਲਦੀ ਜਾਂ ਉਹ ਮੋਸਟਲੀ ਮੈਂ ਜਦੋਂ ਡੋਰ ਨੋਕਿੰਗ ਵਗੈਰਾ ਕੀਤੀ ਹਸਬੈਂਡ ਕਹਿੰਦਾ ਮੈਂ ਤੁਹਾਨੂੰ ਵੋਟ ਪਾਉਣੀ ਹੈ ਵਾਈਫ ਕਹਿੰਦੀ ਨਹੀਂ ਪਾਉਣੀ ਹਰ ਇੱਕ ਡੋਰ 'ਤੇ ਡਿਫਰੈਂਟ ਤੁਹਾਨੂੰ ਵਿਊ ਮਿਲੇ ਉਹ ਸਾਰੇ ਕੰਸਟੀਚੁਐਂਸੀ ਮੈਂ ਮੇਰੀ ਵਾਈਫ ਬੱਚਿਆਂ ਨੇ ਅਸੀਂ ਡੋਰ ਨੋਕਿੰਗ ਕੀਤੀ ਤੁਹਾਡੇ ਜਿਹੜਾ ਇੱਥੋਂ ਦਾ ਸਿਸਟਮ ਆ ਪੋਲੀਟੀਕਲੀ ਕੈਂਪੇਨ ਡਿਫਰੈਂਟ ਆ ਅਸੀਂ ਉੱਥੇ ਪਰਸਨਲੀ ਡੋਰ ਟੂ ਡੋਰ ਲੋਕਾਂ ਦੇ ਘਰਾਂ ਜਾਂਦੇ ਹਾਂ ਜਦੋਂ ਇਲੈਕਸ਼ਨ ਟਾਈਮ ਹੁੰਦਾ ਉਹ 30 ਦਿਨ ਦਾ ਹੀ ਟਾਈਮ ਹੁੰਦਾ ਕਵਰ ਏਰੀਆ ਬਹੁਤ ਕਰਨਾ ਹੁੰਦਾ ਅਸੀਂ ਡੋਰ ਟੂ ਡੋਰ ਸਾਰੀ ਫੈਮਿਲੀ ਗਏ ਬੱਚੇ ਗਏ ਮੇਰੇ 3 ਬੱਚੇ ਆ ਉਹਨਾਂ ਨੇ ਬੜੀ ਸਪੋਰਟ ਕੀਤੀ ਵਾਈਫ ਨੇ ਮੇਰੇ ਨਾਲ ਮੋਢਾ ਨਾਲ ਮੋਢਾ ਲਾਇਆ ਪਿਛਲੇ 30 ਸਾਲਾਂ ਤੋਂ ਸਾਡੀ 26 ਸਾਲ ਹੋ ਗਏ ਮੈਰਿਜ ਹੋਈ ਨੂੰ ਉਹਨਾਂ ਨੇ ਬੜੀ ਵੱਡੀ ਦੇਣ ਆ ਮੇਰੇ ਇਸ MLA ਬਣਨ 'ਚ ਉਹਨਾਂ ਨੇ ਮੇਰੇ ਨਾਲ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਵਿਊ ਲਏ ਇਹਦੇ 'ਚ ਇੱਕ ਗੱਲ ਹੋਰ ਅਚੰਭੇ ਦੀ ਆ ਤੁਸੀਂ ਜਾਣ ਕੇ ਬੜੀ ਹੈਰਾਨੀ ਪ੍ਰਗਟ ਕਰੋਗੇ ਵੀ ਮੈਂ ਜਿਹੜੇ ਏਰੀਏ 'ਚ ਰਹਿ ਰਿਹਾ ਪਿਛਲੇ ਕੋਈ ਬਠਿੰਡੇ ਤੇ ਮੈਂ ਜਿਹੜੀ ਵਿਨ ਕੀਤੀ ਆ ਮੇਰੀ ਇਲੈਕਸ਼ਨ ਉਹ ਹੁਸ਼ਿਆਰਪੁਰ ਹੋਵੇ ਬਹੁਤ ਵੱਡਾ ਡਿਫਰੈਂਸ ਆ ਸਿਟੀ ਦਾ ਮੈਂ ਸਾਊਥ ਪਾਰਟ ਆਫ ਸਿਟੀ ਰਹਿ ਰਿਹਾ ਤੇ ਮੈਂ ਵਿਨ ਕੀਤਾ ਨੌਰਥ ਜੋ ਈਵਨ ਦੋ ਮੈਂ ਰਹਿ ਵੀ ਨਹੀਂ ਰਿਹਾ ਉਸ ਪਰ ਉਹਨਾਂ ਨੇ ਮੇਰੇ ਜਿਹੜੇ ਮੇਰੇ ਕੰਮ ਦੇ ਤਰੀਕੇ ਕਿਉਂ ਸਾਰਾ ਅੱਜ ਦਾ ਸਿਸਟਮ ਆ ਕੰਪਿਊਟਰ ਸਿਸਟਮ ਆ ਉਹਦੇ 'ਚ ਸਭ ਕੁਛ ਤੁਹਾਡਾ ਪਿਛਲੇ 30 ਸਾਲ ਦਾ ਰੈਕਡ ਵੀ ਪਿਆ ਸਾਡੇ ਜੇ ਤੁਸੀਂ ਵੈਬਸਾਈਟ 'ਤੇ ਵੀ ਜਾਓ ਵੀ ਸਾਡੇ ਕੀ ਮਾਰਕੇ ਕੀ ਅਸੀਂ ਕੀਤਾ ਕੀ ਸਾਡੀਆਂ ਲੋਕਾਂ ਪ੍ਰਤੀ ਥਿੰਕਿੰਗ ਸੋਚ ਕੀ ਆ ਉਹਦੇ ਬਾਰੇ ਮੈਂ ਕਹਿੰਦਾ ਬਾਕੀ ਹੈਗਾ ਸਭ ਕੁਛ ਵਾਹਿਗੁਰੂ ਪਰਮਾਤਮਾ ਦੀ ਜਿਹਨੂੰ ਖੁਸ਼ੀ ਮਿਲਦੀ ਆ ਉਹ ਹੀ ਦੇ ਸਕਦਾ ਵਡਿਆਈਆਂ ਉਹ ਦੇਣ ਵਾਲਾ ਸਾਹਿਬ ਠੀਕ ਹੈ ਸੋ ਸਰ ਸਾਡੇ ਜਿਵੇਂ ਇੰਡੀਆ ਦੇ ਵਿੱਚ ਇਲੈਕਸ਼ਨ ਹੁੰਦੇ ਆ ਜਿਵੇਂ ਤੁਸੀਂ ਤੇ ਬੜਾ ਟੋਟਲੀ ਡਿਫਰੈਂਟ ਦੱਸਿਆ ਕਿ ਅਸੀਂ ਫੈਮਿਲੀ ਨੂੰ ਲੈ ਕੇ ਗਏ ਡੋਰ ਟੂ ਡੋਰ ਨੌਕ ਕਰਕੇ ਉਹਨਾਂ ਨੂੰ ਕਿਹਾ ਰਿਕੁਐਸਟ ਕਰਦੇ ਹਾਂ ਵੀ ਵੋਟ ਸਾਨੂੰ ਪਾਓ ਫਿਰ ਸਾਡੇ ਜਿਵੇਂ ਇੱਥੇ ਚੱਲਦਾ ਜੀ ਉਹ ਨਾਅਰੇਬਾਜ਼ੀ ਚੱਲਦੀ ਆ ਲੋਕ ਰੈਲੀਆਂ ਕਰਦੇ ਨੇ ਇੱਦਾਂ ਦਾ ਵੀ ਉੱਥੇ ਕਲਚਰ ਕੋਈ ਹੈ ਸਿਆਸਤ ਦੇ ਵਿੱਚ ਨਹੀਂ ਜੀ ਇਹ ਜਾਂ ਕੋਈ ਕਲਚਰ ਨਹੀਂ ਆ ਉੱਥੇ ਬੇਸਿਕਲੀ ਜਿਹੜਾ ਤੁਹਾਡਾ ਇਲਾਕੇ 'ਚ 1-2 ਫੋਰਮ ਹੁੰਦੇ ਡਿਪੈਂਡ ਕਰਦਾ ਵੀ ਉਹ ਟਾਈਮਿੰਗ ਬਹੁਤ ਟਾਈਟ ਟਾਈਮਿੰਗ ਜਿਵੇਂ 28-29 ਦਿਨ ਹੁੰਦੇ ਆ ਉਹਦੇ 'ਚ ਤੁਹਾਨੂੰ ਫੋਰਮ ਉੱਤੇ ਵੀ ਜਾਂਦੇ ਆ ਦੂਜੇ ਕੈਂਡੀਡੇਟ ਵੀ ਆਉਂਦੇ ਆ ਤੁਹਾਡੇ ਜਿਹੜੇ ਤੁਸੀਂ ਗੱਲਬਾਤ ਕਰਨੀ ਆ ਪਾਰਟੀ ਦੀ ਬੇਸਲਾਈਨ 'ਤੇ ਗੱਲ ਕਰਨੀ ਆ ਪਾਰਟੀ ਦੀ ਜਿਹੜੀ ਪੋਲਸੀ 'ਤੇ ਗੱਲ ਕਰਨੀ ਉਸ ਦੇ ਨਾਲ ਕਈ ਮੁੱਦੇ ਜਿਹੜੇ ਤੁਹਾਡੇ ਕੰਸਟੀਚੁਐਂਸ ਦੀ ਹੁੰਦੇ ਆ ਤੁਸੀਂ ਉਹ ਵੀ ਉਸ ਟਾਈਮ 'ਤੇ ਰੇਜ਼ ਕਰਨੇ ਵੀ ਮੈਂ MLA ਬਣਿਆ ਤਾਂ ਮੈਂ ਇਹ ਜਿਹੜੇ ਤੁਹਾਡੇ ਵਿਊਜ਼ ਜਾਂ ਇਸ਼ੂਜ਼ ਹੈਗੇ ਆ ਮੈਂ ਆਪਣੇ ਗਵਰਨਮੈਂਟ ਟੇਬਲ 'ਤੇ ਲੈ ਕੇ ਇੰਪਲੀਮੈਂਟ ਕਰਨ ਦਾ ਪੂਰਾ ਜਿਹੜਾ ਉਪਰਾਲਾ ਜੋ ਉਪਰਾਲਾ ਕਰੂੰਗਾ ਜਿਹੜੇ ਸਾਡੀ ਸਰਕਾਰ ਆ ਜੀ ਉੱਥੋਂ ਦੀ ਸੂਬੇ ਦੀ ਸਰਕਾਰ ਆ ਆਲਮੋਸਟ ਦੱਸਿਆ ਵੀ 40 ਸਾਲ ਉਸ ਪ੍ਰੋਵਿੰਸ 'ਤੇ ਰਾਜ ਕਰਦੀ ਆ ਰਹੀ ਸਾਡੀ ਪਾਰਟੀ ਦੀ ਸੋ ਮੇਰਾ ਜਿਹੜਾ ਮੇਨ ਸੀਗਾ ਇਸ਼ੂ ਮੇਰੇ ਪਹਿਲਾਂ ਆਪੋਜੀਸ਼ਨ ਮੈਂਬਰ ਸੀਗਾ ਸਾਡੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਲਿਬਰਲ ਪਾਰਟੀ ਦਾ MLA ਸੀਗਾ ਸੋ ਮੇਰਾ ਇਹ ਸੀਗਾ ਲੋਕਾਂ ਨੂੰ ਜਦੋਂ ਮੈਂ ਟੇਬਲ 'ਤੇ ਇਲੈਕਸ਼ਨ ਟਾਈਮ 'ਤੇ ਵੀ ਮੈਂ ਤੁਹਾਡੀ ਵੋਇਸ ਜਿਹੜੀ ਆ ਉਹ ਕੈਬਨਿਟ ਟੇਬਲ 'ਤੇ ਲੈ ਕੇ ਜਾਊਂਗਾ ਕਿਉਂ ਸਾਡੀ ਸਰਕਾਰ ਪਹਿਲਾਂ ਚੱਲ ਰਹੀ ਆ ਅਤੇ ਕੋਈ ਐਸਾ ਨਹੀਂ ਸੀ ਵੀ ਨਹੀਂ ਬਣਨੇਗੀ ਸੋ ਮੈਂ ਉਹੀ ਆਪਦਾ ਜਿਹੜਾ ਪੋਲਸੀ ਆ ਉਹਨਾਂ ਦੀ ਵੋਇਸ ਸੀਗੀ ਹੁਣ ਵੀ ਜਿਹੜੀ ਕੋਈ ਸਾਡਾ ਜਿਹੜਾ ਪ੍ਰੀਮੀਅਰ ਆ ਸਟੈਲ ਮੈਕ ਆਨਰੇਬਲ ਸਟੈਲ ਮੈਕ ਪਿੱਛੇ ਜੇ ਤੁਹਾਡੇ ਨਾਲ ਇੱਥੇ ਆਪਣੀ ਪੰਜਾਬ ਸਰਕਾਰ ਨਾਲ ਅਸੀਂ MOU ਸਾਈਨ ਕੀਤੀ ਹੈ 6 ਨਵੰਬਰ ਨੂੰ ਉਹ ਹੈਗਾ ਆਪਣਾ ਐਗਰੀਕਲਚਰ ਐਜੂਕੇਸ਼ਨ 'ਤੇ ਉਹ ਗੌਰਮੈਂਟ ਟੂ ਗੌਰਮੈਂਟ ਆਡੀ ਆਪਣਾ ਅਸੀਂ ਸਾਈਨ ਕਰ ਲਿਆ ਆਨਰੇਬਲ ਪ੍ਰੀਮੀਅਰ ਆਪਣਾ ਸੁਖਬੀਰ ਬਾਦਲ ਉਹਨਾਂ ਨੇ ਸਾਈਨ ਕੀਤਾ ਉੱਧਰ ਸਾਡੇ ਪ੍ਰੀਮੀਅਰ ਸਟੈਲ ਮੈਕ ਉਹ ਆਏ ਸੀਗੇ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਕਲੈਬਰੇਸ਼ਨ ਆ ਉਹ ਜਿਹੜੀ ਸਾਡੀ ਯੂਨੀਵਰਸਿਟੀ ਦੇ ਮੁਕਾਬਲੇ ਥੋੜ੍ਹੀ ਯੂਨੀਵਰਸਿਟੀ ਹੋਣਗੀਆਂ ਉਹਨਾਂ ਨੂੰ ਲਿੰਕ ਕੀਤੀਆਂ ਜਾਣਗੀਆਂ ਸੋ ਜਿਹੜੇ ਬੱਚੇ ਸਾਡੇ ਇੱਥੋਂ ਦੇ ਆ ਉਹ ਆਪਣੇ ਹਾਇਰ ਐਜੂਕੇਸ਼ਨ ਲਈ ਇੱਕ ਇੰਟਰੈਕਸ਼ਨ ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ ਬਣ ਜੂਗਾ ਜੀ ਉਹ ਗਾਂ ਲਾਗੂ ਹੋਊਗਾ ਠੀਕ ਠੀਕ ਆਪਣੇ ਸੰਧੂ ਸਾਹਿਬ ਜਿਹੜੇ ਇੰਡੀਆ ਦੀ ਸਿਆਸਤ ਹੈਗੀ ਹੈ ਜਾਂ ਪੰਜਾਬ ਦੀ ਸਿਆਸਤ ਹੈ ਅਤੇ ਜਾਂ ਕੈਨੇਡਾ ਦੀ ਸਿਆਸਤ ਹੈ ਉਹਦੇ ਵਿੱਚ ਕੋਈ ਸਮਾਨਤਾ ਵੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੈਨੇਡਾ ਅਤੇ ਇੰਡੀਆ ਦੀ ਆ ਪੋਲੀਟਿਕਸ ਬੇਸਿਕਲੀ ਜਿਹੜੇ ਉਹਨਾਂ ਦੇ ਪੋਲਸੀਜ਼ ਸੇਮ ਆ ਕਿਉਂ ਸਾਡਾ ਜਿਹੜਾ ਉੱਥੋਂ ਦਾ ਕੰਸਟੀਟਿਊਸ਼ਨ ਆ ਬੇਸਿਕਲੀ ਉਹ ਆਪਣੇ ਬ੍ਰਿਟਿਸ਼ ਨੇ
ਨੇ ਬਣਾਇਆ, ਇੱਥੇ ਹੀ ਬਣਾਇਆ, ਉੱਥੇ ਹੀ ਬਣਾਇਆ. ਸੋ ਪਾਰਲੀਮੈਂਟ ਸਿਸਟਮ ਬਹੁਤ ਐਗਜੈਕਟਲੀ ਵੈਰੀ ਕਲੋਜ਼, ਸਿਮਿਲਰਿਟੀ ਬਹੁਤ ਆ. ਜਿਵੇਂ ਆਪਣੇ ਇੱਥੇ ਰਾਸ਼ਟਰਪਤੀ ਆ, ਸਾਡੇ ਉੱਥੇ ਗਵਰਨਰ ਜਨਰਲ ਆ ਜਿਹੜਾ ਕੁਈਨ ਨੂੰ ਰੀਪ੍ਰਜੈਂਟ ਕਰਦਾ, ਫਿਰ ਤੁਹਾਡਾ ਪ੍ਰਾਈਮ ਮਿਨਿਸਟਰ ਆ ਅਤੇ ਐਮ ਪੀਜ਼ ਆ, ਸਟੇਟਾਂ ਦੇ ਪ੍ਰੀਮੀਅਰ ਆ, ਉਸੇ ਤਰ੍ਹਾਂ ਸਾਡਾ ਪ੍ਰੀਮੀਅਰ ਆ. ਅਤੇ ਜਿਹੜਾ ਸਾਡੇ ਤੁਸੀਂ ਆਪਣੇ ਸਟੇਟ ਦਾ ਗਵਰਨਰ ਜਨਰਲ ਆ, ਸਾਡੇ ਲੈਫਟੀਨੈਂਟ ਗਵਰਨਰ ਗੱਲ ਕਰਦੇ ਆ, ਗਵਰਨਰ ਅਸੀਂ ਆਪਣਾ ਜਿਹੜਾ ਸਟੇਟ ਦਾ ਹੈਡ ਆ, ਮੋਰ ਸੇਮ ਹੀ ਬੇਸਿਕਲੀ ਜਿਹੜੇ ਕੰਸਟੀਟਿਊਸ਼ਨ ਸਿਸਟਮ ਪਾਰਲੀਮੈਂਟ ਸਿਸਟਮ 'ਚ ਸੇਮ ਆ. ਤੁਹਾਡੇ ਵੀ 1947 ਤੋਂ ਲੈ ਕੇ ਹੁਣ ਤੋਂ ਹੀ ਬੜੀਆਂ ਚੇਂਜਸ ਨਹੀਂ ਆਈਆਂ, ਬੇਸਿਕਲੀ ਉਹੀ ਆਪਣੇ ਆਪਣੇ ਬ੍ਰਿਟਿਸ਼ ਵਾਲਾ ਸਿਸਟਮ ਸਾਡੇ, ਕਿਉਂਕਿ ਉੱਥੇ ਵੀ ਬ੍ਰਿਟਿਸ਼ ਦਾ ਰੂਲ ਰਿਹਾ. ਇੱਥੇ ਹਜੇ ਵੀ ਅਜੇ ਅਸੀਂ ਉਹਨਾਂ ਦੇ ਜਦੋਂ ਹੁਣ ਐਮ ਐਲ ਏ ਬਣੇ, ਅਸੀਂ ਰਾਣੀ ਦੀ ਉੱਥੋਂ ਸੌਂਕ ਲਈ ਆ, ਸੇਵ ਆਵਰ ਕੁਈਨ. ਸੋ ਅਸੀਂ ਸਟਿਲ ਅਸੀਂ ਰਾਣੀ ਦੀ ਸੌਂ ਲੈਂਦੇ ਜਦੋਂ ਐਮ ਐਲ ਏ ਜਾਂ ਐਮ ਪੀ ਬਣਦੇ ਕੈਨੇਡਾ 'ਚ. ਆਪਣੇ ਸੰਧੂ ਸਾਹਿਬ, ਜਿਵੇਂ ਤੁਸੀਂ ਉੱਥੇ ਆਪਣੇ ਏਰੀਏ ਨੂੰ ਰੀਪ੍ਰਜੈਂਟ ਕਰ ਰਹੇ ਹੋ, ਐਡਵੈਂਟਨ ਏਰੀਆ ਨੂੰ ਕਰ ਰਹੇ ਹੋ, ਅਤੇ ਤੁਹਾਡੇ ਫਿਊਚਰ ਪਲੈਨਸ ਕੀ ਹੈ, ਵੀ ਤੁਸੀਂ ਕੀ ਲੋਕਾਂ ਦੇ ਵਾਸਤੇ ਜਿਹੜਾ ਕੁਛ ਕਰਨਾ ਚਾਹੁੰਦੇ ਹੋ? ਕਿਉਂਕਿ ਉਹ ਕਨੇਡਾ ਜਿਹੜਾ ਹੈ ਕਿ ਡਿਵੈਲਪਡ ਕੰਟਰੀ ਹੈ, ਅਲਬਰਟਾ ਸਟੇਟ ਵੀ ਇੱਕ ਆਪਣੇ ਆਪ 'ਚ ਰਿਚ ਹੈ, ਅਤੇ ਉਹਦੇ 'ਚ ਕਿੰਨੀਆਂ ਕੁ ਸੰਭਾਵਨਾ ਰਹਿੰਦੀਆਂ? ਤੁਸੀਂ ਆਪਣੇ ਲੋਕਾਂ ਵਾਸਤੇ ਫਿਰ ਕੀ ਫਿਊਚਰ ਪਲੈਨਸ ਹੈ, ਵੀ ਕੀ ਉਹਨਾਂ ਦੀ ਬਿਹਤਰੀ ਵਾਸਤੇ ਤੁਸੀਂ ਕਰਨ ਦੇ ਪਲੈਨਸ ਰੱਖਦੇ ਹੋ? ਸਾਡੀ ਜਿਹੜੇ ਸੂਬੇ ਸਰਕਾਰ ਨੂੰ ਵੀ ਲੌਂਗ ਟਾਈਮ ਉਸ ਸੂਬੇ 'ਚ ਰਾਜ ਕਰਦੇ ਆਉਂਦੇ ਆ. ਜਦੋਂ ਅਸੀਂ ਪਹਿਲੇ ਦਿਨ ਇਲੈਕਟ ਹੋਏ ਸੀਗੇ 2008, ਅਤੇ ਫਸਟ ਡੇ ਅਸੀਂ ਉੱਥੇ ਕਾਕਸ ਮੀਟਿੰਗ ਕਹਿੰਦੇ ਹਾਂ, ਅਸੀਂ ਇਕੱਠੇ ਹੋਏ ਐਮ ਐਲ ਏ ਐਮ ਪੀ ਐਮ ਐਲ ਏ, ਸਾਡੇ ਜਿਹੜੇ ਸਾਡੇ ਲੀਡਰ ਆ ਉਹ ਹੈਗੇ ਆ ਪ੍ਰੀਮੀਅਰ ਓਨਰੇਬਲ ਸਟੈਲ ਐਟ ਸਟੈਲ ਮੈਗ. ਉਹਨਾਂ ਨੇ ਸਾਨੂੰ ਆਹੀ ਗੱਲ ਕਹੀ ਪਹਿਲੇ ਦਿਨ ਫਸਟ ਡੇ ਸਟਾਰਟਿੰਗ 'ਚ. ਸਾਨੂੰ ਵੀ ਨਵੇਂ ਨਵੇਂ ਸੀਗੇ ਚੇਅਰ 'ਤੇ ਬੈਠੇ, ਜਾ ਕੇ ਐਮ ਐਲ ਏ ਇੱਥੋਂ ਧਰਤੀ ਪੰਜਾਬ ਤੋਂ ਗਏ ਥੋੜ੍ਹੇ ਜਿਹੇ ਪੈਸੇ ਨਾਲ, ਅਤੇ ਬੜਾ ਐਕਸਾਈਟਮੈਂਟ ਸੀ. ਤਾਂ ਉਹਨਾਂ ਨੇ ਆਹੀ ਗੱਲ ਕਹੀ ਪਹਿਲੇ ਦਿਨ, ਵੀ ਤੁਸੀਂ ਸਾਰਿਆਂ ਨੇ ਮਿਹਨਤ ਕਰਕੇ ਇਸ ਚੇਅਰ 'ਤੇ ਅੱਜ ਤੁਸੀਂ ਬਿਰਾਜਮਾਨ ਹੋ, ਲੋਕਾਂ ਨੇ ਤੁਹਾਨੂੰ ਪਹੁੰਚਾਇਆ, ਤੁਸੀਂ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਇੱਥੇ ਇਸ ਚੇਅਰ 'ਤੇ ਆਏ ਆ. ਸੋ ਜਿਹੜੇ ਲੋਕਾਂ ਦੇ ਕੰਸਰਨ ਆ, ਕੰਸਟੀਚੂਐਂਸ ਦੇ ਕੰਸਰਨ ਆ, ਉਹ ਤੁਹਾਡੀ ਡਿਊਟੀ ਬਣਦੀ ਹੈ, ਨਾ ਕਿ ਤੁਸੀਂ ਉਹ ਕੋਈ ਬੇਝਿਜਕ ਹੋ ਕੇ ਤੁਸੀਂ ਇੱਥੇ ਇਸ ਰੂਮ 'ਚ ਆ ਕੇ ਕਦੋਂ ਮਰਜ਼ੀ ਗੱਲ ਕਰੋ. ਜਿਹੜਾ ਕੋਈ ਕੰਸਰਨ ਤੁਹਾਡੇ ਕਿਸੇ ਵੀ ਮਿਨਿਸਟਰੀ ਨਾਲ ਹੈਗਾ, ਤੁਸੀਂ ਮੈਂ ਉਹਨਾਂ ਨੇ ਉਦੋਂ ਮਿਨਿਸਟਰ ਨਹੀਂ ਚੁਣੇ, ਕੈਬਨਿਟ ਚੁਣੀ ਨਹੀਂ ਗਈ, ਉਹ ਕਹਿੰਦੇ ਵੀ 24 ਮਿਨਿਸਟਰ ਲੈਣੇ ਆਪਾਂ ਇਸ 83 'ਚੋਂ ਸਾਡੇ ਕੋਲ 72 ਐਮ ਐਲ ਏ ਸੀਗੇ, ਵੀ ਇਹਨਾਂ 72 ਐਮ ਐਲ ਏ 'ਚੋਂ 24 ਨੇ ਮਿਨਿਸਟਰ ਬਣਨਾ, ਬਾਕੀ ਸਾਰੇ ਮੇਰੇ ਲਈ ਤੁਸੀਂ ਮਿਨਿਸਟਰ. ਜੇ ਤੁਹਾਡਾ ਕੋਈ ਮਿਨਿਸਟਰ ਜਿਹੜਾ ਤੁਹਾਡੇ ਲੋਕਾਂ ਦੇ ਕੰਮ ਨਹੀਂ ਕਰਦਾ, ਤੁਸੀਂ ਉਹਨੂੰ ਪਹਿਲਾਂ ਗੱਲ ਕਰੋ, ਉਸ ਤੋਂ ਬਾਅਦ ਮੈਨੂੰ ਕਰੋ. ਤੁਹਾਡਾ ਕੰਮ ਲੋਕਾਂ ਦਾ ਹੋਣਾ ਚਾਹੀਦਾ, ਲੋਕਾਂ ਨੇ ਆਪਾਂ ਨੂੰ ਟਰੱਸਟ ਕੀਤਾ, ਆਪਾਂ ਨੂੰ ਫਿਰ ਬਾਂਗਡੋਰ 38 ਮਿਸਾਲ ਜਿਸੇ ਸੀ ਫੜਾ ਦੀ ਆ, ਬੋਰਡ ਆਫ ਡਾਇਰੈਕਟਰ ਸਾਨੂੰ ਉਸ ਇਸ ਸੂਬੇ ਦਾ ਫਿਰ ਦਿੱਤਾ, ਲੋਕਾਂ ਨੇ ਮਣੀ ਆ, ਲੋਕਾਂ ਦਾ ਜਿਹੜੇ ਰਿਸੋਰਸਿਸ ਹੈਗੇ ਆ, ਧਰਤੀ 'ਚ ਓਇਲ ਆ ਜਾਂ ਕੋਈ ਆਪਣਾ ਗੈਸ ਆ ਜਾਂ ਐਗਰੀਕਲਚਰ, ਲੋਕਾਂ ਦਾ ਆਪਣਾ ਕੁਛ ਨਹੀਂ. ਆਪਾਂ ਨੂੰ ਤਾਂ ਇੱਕ ਉਹਨਾਂ ਨੇ ਟਰੱਸਟ ਕਰਕੇ ਫਿਰ ਸੌਂਪਤੀ ਵੀ 5 ਸਾਲ ਲਈ ਤੁਹਾਨੂੰ ਫੜਾਈਆਂ ਚਾਬੀਆਂ, ਅਤੇ ਤੁਸੀਂ ਸਾਨੂੰ ਫਿਰ ਜਿੰਨਾ ਵਧੀਆ ਤਰੀਕੇ ਨਾਲ ਜਿਹੜੀ ਆ ਪ੍ਰੋਵਿੰਸ ਦੇ ਰਿਸੋਰਸਿਸ ਹੈਗੇ ਆ ਉਹ 'ਤੇ ਪਹਿਰਾ ਦਿਓ. ਉਹੀ ਸਾਡੀ ਮੈਂਡੇਟ ਪਹਿਲੇ ਦਿਨ ਤੋਂ ਚੱਲੀ ਆ ਰਹੀ ਆ. ਬੇਸਿਕਲੀ ਜਿਹੜਾ ਉੱਥੇ ਸਾਡੇ ਜਿਹੜੀ ਮੈਂ ਦੇਖਣ 'ਚ ਆਇਆ, ਸਾਡੇ ਜਿਹੜੇ ਇਲੈਕਸ਼ਨ 'ਤੇ ਮੈਨੀਫੈਸਟੋ ਬਣਾਏ ਜਾਂਦੇ ਆ, ਜਿਵੇਂ ਤੁਸੀਂ ਇੱਥੇ ਵੀ ਹੈਗੇ ਆ, ਉਹਨਾਂ ਮੈਨੀਫੈਸਟਾਂ 'ਤੇ ਅਸਲ ਚੈੱਕ ਮਾਰਕ ਕਰੀ ਜਾਂਦੇ ਆ ਜੀ, ਵੀ ਪਹਿਲਾ ਹੋ ਗਿਆ, ਦੂਜਾ ਹੋ ਗਿਆ, ਤੀਜਾ ਹੋ ਗਿਆ. ਉਹ 10 ਕੁ ਨੰਬਰ ਹੁੰਦੇ ਆ, ਐਂਡ 'ਤੇ ਜਦੋਂ ਨਿਬੜ ਜਾਂਦੇ, ਨੇੜੇ ਹੋ ਜਾਂਦੇ ਆ, ਮੋਸਟਲੀ ਉਹ ਪਲੈਨ ਹੀ ਇਸ ਤਰੀਕੇ ਨਾਲ ਹੁੰਦੇ ਆ ਵੀ ਅਸੀਂ ਉਹਨਾਂ ਨੂੰ ਵੀ ਪਤਾ, ਸਾਡੇ ਪ੍ਰੀਮੀਅਰ ਨੂੰ ਵੀ, ਅਸੀਂ ਆ ਜਿਹੜਾ ਕੰਮ ਆ 10 ਨੰਬਰ ਆ ਉਹ ਅਸੀਂ ਨਿਬੇੜਨੇ ਆ, ਨੋ ਮੈਟਰ ਵੱਟ. ਕੋਈ ਉਹਦੇ 'ਚ ਫੇਕ ਮੈਸ ਰੀਪ੍ਰਜੈਂਟੇਸ਼ਨ ਨਹੀਂ ਹੁੰਦੀ ਗੀ. ਉਹ 10 ਦੇ 10 ਮੀਡੀਆ ਨੇ ਵੀ ਰਿਕਾਰਡ ਕੀਤੇ ਹੁੰਦੇ ਆਪਦੇ, ਵੀ ਆਹ 10 ਇਹਨਾਂ ਨੇ ਕਹੇ ਸੀਗੇ, ਅਤੇ ਜਦੋਂ 5ਵੇਂ ਸਾਲ ਨੂੰ ਜਾਣਾ ਉਹਨਾਂ ਕੋਲ, ਇਹਨਾਂ 'ਚੋਂ ਇੰਨੇ ਕਵਰ ਕਦੋਂ ਨਹੀਂ ਤੁਸੀਂ ਕੀਤੇ. ਸੋ ਸਾਡੀ ਜਿਹੜੀ ਉੱਥੋਂ ਪੋਲੀਟੀਕਲ ਸਿਸਟਮ ਆ ਬੜਾ ਟ੍ਰਾਂਸਪੇਰੈਂਟ ਪ੍ਰੋਗਰਾਮ ਆ, ਉਹਦੇ 'ਚ ਕੋਈ ਝੂਠ ਵਾਲੀ ਗੱਲਬਾਤ ਹੈ ਨਹੀਂ ਗੀ, ਝੂਠੇ ਵਾਦੇ ਵਾਲਾ ਕੰਮ, ਝੂਠੇ ਵਾਲਾ ਜਿਹੜਾ ਪੱਥਰ ਲੱਗ ਗਿਆ ਉਹ ਕੰਮ ਨੇਪੜੇ ਚੜ੍ਹਨਾ ਹੀ ਚੜ੍ਹਨਾ. ਬੇਸਿਕਲੀ ਈਵਨ ਗੌਰਮੈਂਟ ਦਾ ਐਕਸਪੀਰੀਅੰਸ ਮੈਂ ਆਪਦਾ ਹੈਗਾ ਵਿੱਚ ਮਹਿੰਦੇ ਆ, ਇੱਥੋਂ ਤੱਕ ਵੀ ਜਿਹੜਾ ਤੁਹਾਡੇ ਕੋਈ ਵੀ ਪ੍ਰੋਜੈਕਟ ਆ, ਜੇ ਤੁਸੀਂ ਇਸ ਅਨਾਊਂਸ ਕਰਤਾ, ਉਹਦੇ ਲਈ ਮਨੀ ਐਲੋਕੇਟ ਕਰਕੇ ਉਹ ਇੱਕ ਸਾਈਡ 'ਤੇ ਰੱਖੀ ਜਾਂਦੀ ਹੈ ਖਜ਼ਾਨੇ 'ਚੋਂ ਕੱਢ ਕੇ. ਉਹ ਐਂ ਨਹੀਂ ਹੁੰਦਾ ਵੀ ਜਿਹੜਾ ਜਨਰਲ ਖਜ਼ਾਨਾ ਪਿਆ ਉਹਦੇ 'ਚ $15 ਬਿਲੀਅਨ ਪਿਆ,
ਜੇ ਅਸੀਂ ਇੱਕ ਬਿਲੀਅਨ ਲਈ ਕੋਈ ਰੋਡ ਜਾਂ ਰਿੰਗ ਰੋਡ ਲਈ ਕਹਿਤਾ ਉਹ ਉਸ ਦਿਨ ਤੋਂ ਹੀ ਉਹ ਇੱਕ ਸੈਪਰੇਟ ਅਕਾਊਂਟ 'ਚ ਉਹਨਾਂ ਨੂੰ ਡਿਸਾਈਡ ਕਰ ਦੇਣਾ ਵੀ ਆਹ ਜਿਹੜੀ ਮਨੀ ਆ ਆਲਰੇਡੀ ਸਪੋਕਨ ਆ, ਐਂ ਨਹੀਂ ਵੀ ਉਹਦੀ ਚੈੱਕ ਬਾਊਂਸ ਹੋ ਜੂ ਵੀ ਜੋ ਰਿਕਾਰਡਡ ਆ ਡਨ ਅਤੇ ਓਵਰ, ਉਹ ਉਸੇ ਤਰੀਕੇ ਨਾਲ ਹੀ ਉਹ ਕੰਪਲੀਟ ਹੁੰਦੀਆਂ। ਬੜਾ ਵਧੀਆ ਤੁਸੀਂ ਹੁਣ ਆਈ ਹੋਪ ਤੁਸੀਂ ਸਾਰੇ ਸਾਡੇ ਉੱਥੇ ਅਲਬਰਟਾ ਜਾਓ ਤਾਂ ਦੇਖੋ ਸੂਬੇ ਦਾ ਸਿਸਟਮ ਅਤੇ ਉੱਥੋਂ ਦੀ ਆਮ ਜਿਵੇਂ ਹੁਣ ਰਿਸੈਸ਼ਨ 'ਚ ਲੰਘ ਰਿਹਾ, ਪਿਛਲੇ ਸਾਰਾ ਵਰਲਡ ਰਿਸੈਸ਼ਨ 'ਚ ਲੰਘ ਰਿਹਾ, ਐਂਡ ਸਾਡਾ ਇੱਕ ਪ੍ਰੋਵਿੰਸ ਆ ਜਿਹੜੀ ਰਿਚ ਪ੍ਰੋਵਿੰਸ ਆ, $15 billion ਸਰਪਲਸ ਲੋਕਾਂ ਦੀ ਸੇਵਿੰਗ ਕਰਕੇ ਸਾਈਡ 'ਤੇ ਕੀਤੀ ਸੀ ਵੀ ਜੇ ਸਾਨੂੰ ਹੁਣ ਜਿਹੜਾ ਸਾਡਾ ਸਾਲ ਦਾ ਬਜਟ ਆ ਕੋਈ $39 billion ਖਰਚਾ ਸਾਡਾ, ਉਹਦੇ 'ਚੋਂ ਅਸੀਂ ਆਲਮੋਸਟ $10 billion ਅਸੀਂ ਐਜੂਕੇਸ਼ਨ 'ਤੇ ਲਾਉਣੇ ਹਾਂ ਅਤੇ $15 billion ਸਾਡਾ ਹੈਲਥ 'ਤੇ ਜਾਂਦਾ, ਵੀ 39 'ਚੋਂ $25 billion ਦੋ ਮਿਨਿਸਟਰੀਆਂ 'ਤੇ ਜਾਂਦਾ, ਰੈਸਟ ਜਿਹੜਾ ਬੈਲੈਂਸ ਆ ਦੂਜੀਆਂ ਮਿਨਿਸਟਰੀਆਂ ਜਾਂਦਾ, ਉਹਦੇ 'ਚ ਸਾਨੂੰ ਫਿਰ ਵੀ $4-5 billion ਸ਼ਾਰਟਫਾਲ ਆ, ਯਾਨੀ ਕਿ ਰੈਵਨਿਊ ਸਾਡਾ $33 billion ਦੇ ਨੇੜੇ ਤੇੜਾ, ਸੋ $5-6 billion ਜਿਹੜਾ ਅਸੀਂ ਸਾਡੇ ਕੋਲ ਸਰਪਲਸ ਸੇਵਿੰਗ ਸੀਗੀ ਕੀਤੀ ਅਲਬਰਟਨ ਲੋਕਾਂ ਦੀ ਸੇਵ ਕੀਤੀ ਮਨੀ, ਅਸੀਂ ਉਹ ਯੂਜ਼ ਕਰ ਰਹੇ ਹਾਂ ਆਪਣਾ ਟਾਈਮ ਟੂ ਟਾਈਮ ਡੇ ਟੂ ਡੇ ਬਜਟ। ਫਿਰ ਵੀ ਜਦੋਂ ਗੱਲ ਉੱਥੇ ਚੱਲਦੀ ਆ ਸਾਨੂੰ ਲੋਕ ਕਹਿੰਦੇ ਆ ਜੀ ਇਹਨਾਂ ਦਾ ਡੈਫੀਸਿਟ ਆ, ਡੈਫੀਸਿਟ ਨਹੀਂ ਗਿਆ ਸਾਡਾ, ਕਿਉਂ ਅਸੀਂ ਮਨੀ ਸੇਵ ਕੀਤੀ, ਸਾਡੀ ਗਵਰਨਮੈਂਟ ਨੇ ਸੇਵ ਕੀਤੀ, ਉਹ ਹੀ ਮਨੀ ਅਸੀਂ ਯੂਜ਼ ਕਰਕੇ ਅੱਜ ਦੇ ਜਿਹੜੇ ਸਾਡੇ ਸਾਲ ਈਅਰ ਟੂ ਈਅਰ ਖਰਚੇ ਆ ਉਹ ਚਲਾ ਰਹੇ ਹਾਂ। ਠੀਕ ਠੀਕ ਹੈ ਸੰਧੂ ਸਾਹਿਬ। ਵੈਸੇ ਤਾਂ ਤੁਹਾਡਾ ਜਿਹੜਾ ਸਟੇਟ ਹੈ ਜਾਂ ਕਨੇਡਾ ਕਾਫੀ ਡਿਵੈਲਪਡ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਪਰ ਕੁਛ ਕੰਮ ਇੱਦਾਂ ਦੇ ਹੁੰਦੇ ਨੇ ਜਿਹੜੇ ਕੋਈ ਬੰਦਾ ਇਹਦੇ ਜ਼ਿਹਨ 'ਚ ਹੁੰਦੇ ਨੇ ਕਿ ਉਹ ਮੈਂ ਯਾਰ ਕਰਨੇ ਹੈ ਕੰਮ, ਕੁਛ ਇਹੋ ਜਿਹੇ ਕੰਮ ਤੁਹਾਡੀ ਕੰਸਟੀਚੁਐਂਸੀ ਦੇ ਵਿੱਚ ਕੁਛ ਰਹਿੰਦੇ ਹੈਗੇ ਨੇ ਜਿਹੜੇ ਕਿ ਤੁਸੀਂ ਕਰਨਾ ਚਾਹੁੰਦੇ ਹੋ? ਕੰਮ ਕਦੇ ਵੀ ਮੁੱਕਦੇ ਨਹੀਂ ਗੇ, ਪਰ ਮੇਰੇ ਜਿਹੜੇ ਮੇਰੀ ਕੰਸਟੀਚੁਐਂਸੀ ਆ ਉਹਦੇ 'ਚ ਇੱਕ ਰਿੰਗ ਰੋਡ ਰਹਿ ਗਿਆ ਲਾਸਟ, ਬਹੁਤ ਕਹਿ ਲਓ ਵੀ ਆਪਣਾ ਜਲੰਧਰ ਤੋਂ ਉੱਪਰ ਦੀ ਰਿੰਗ ਰੋਡ ਹੋਵੇ, ਉਹ 40 ਸਾਲ ਪਹਿਲਾਂ ਪਲੈਨ ਕੀਤੀ ਸੀਗੀ, ਇੱਕ ਪੋਰਸ਼ਨ ਰਹਿੰਦਾ ਉਹ ਕੋਈ $5-6 billion ਦਾ ਵੱਡੀ ਕਾਸਟ ਆ, ਬਹੁਤ ਵੱਡਾ ਹਾਈਵੇ ਬ੍ਰਿਜ ਬਣਨਾ ਉੱਤੇ ਉਹ ਰਹਿ ਰਹੀ ਆ। ਮੇਰੀ ਆਪਣੀ ਜਿਹੜੀ ਗਵਰਨਮੈਂਟ ਆ ਸਾਡੇ ਪ੍ਰੀਮੀਅਰ ਆ ਉਹਨਾਂ ਰਿਕੁਐਸਟ ਆ, ਕਿਉਂ ਪ੍ਰੀਮੀਅਰ ਦੀ ਰਾਈਡਿੰਗ ਮੇਰੇ ਤੋਂ ਨੈਕਸਟ ਰਾਈਡਿੰਗ ਆ, ਜਿਵੇਂ ਕਹਿ ਲਓ ਵੀ ਅਸੀਂ ਨੇਬਰ ਹਾਂ, ਅਤੇ ਉਹਨਾਂ ਨੂੰ ਵੀ ਉਹ ਰਿਮਾਇੰਡ ਹੁੰਦਾ ਜਦੋਂ ਜਾਂਦੇ ਆ ਉਹ ਆਪਦੇ ਘਰ ਨੂੰ ਜਾਂਦੇ ਜਾਂ ਉਸ ਏਰੀਏ ਨੂੰ ਜਾਂਦੇ ਆ, ਸੋ ਉਹਨਾਂ ਦੇ ਵੀ ਉਹਨਾਂ ਦਿਲ 'ਚ ਵੀ ਉਹ ਆ ਵੀ ਆਪਾਂ ਇਹਨੂੰ ਰਿੰਗ ਨੂੰ ਕੰਪਲੀਟ ਕਰੀਏ। ਸੋ ਮੈਂ ਉਹ ਚਾਹੁੰਦਾ ਵੀ ਸਾਡੀ ਗੌਰਮੈਂਟ ਦੇ ਟਾਰਗੇਟ ਆਈ ਆ ਵੀ 2050-15 'ਚ ਅਸੀਂ ਕੰਪਲੀਸ਼ਨ ਕਰਾਂਗੇ ਉਹਦੀ। ਸੋ ਇੱਕ ਰਿੰਗ ਰੋਡ ਜਿਹੜੀ ਹੁਣ ਕੰਪਲੀਟ ਹੋ ਜਾਣੀ November 11 ਨੂੰ, ਅਤੇ ਜਿਹੜਾ ਲਾਸਟ ਪੋਰਸ਼ਨ ਹੋਊਗਾ ਉਹ 2015 ਦੀ ਹੈਗੀ ਆ। ਮੈਂ ਆਪਣੇ ਜਿੰਨਾ ਟਾਈਮ ਰਹਿੰਦਾ ਉਹਦੇ 'ਚ ਮੈਂ ਮੇਰਾ ਆ ਹੀ ਆ ਵੀ ਮੈਂ ਪਹਿਰਾ ਦੇਵਾਂ ਜਿਹੜੀ ਸਾਡੀ ਕੰਸਟੀਚੁਐਂਸ ਦੀ ਲਾਸਟ ਰਿੰਗ ਰੋਡ ਦਾ ਰਹਿੰਦੀ ਆ ਐਂਥਨੀ ਹੈਂਡੇ ਉਹਦਾ ਨਾਂ, ਵੀ ਉਹ ਕੰਪਲੀਟ ਹੋ ਜੇ। ਦੂਸਰੀ ਇੱਕ ਮੈਂ ਚਾਹੁੰਦਾ ਵੀ ਜਿਵੇਂ ਆਪਣੇ ਬੋਡੀ ਔਰਗਨਾਈਜੇਸ਼ਨ ਆ ਸਾਡੇ, ਮੈਨੂੰ ਲੱਗਦਾ ਇੱਥੇ ਤੁਹਾਡੇ ਇੰਡੀਆ 'ਚ ਵੀ ਬਿੱਲ ਹੈਗਾ, ਅਤੇ ਸਾਡੇ ਕੈਨੇਡਾ 'ਚ ਲੋਕ ਬਹੁਤ ਵੇਟ ਕਰਦੇ ਆ ਔਰਗਨ, ਜਿਹੜੇ ਵੀ ਵੇਟ ਕਰਦੇ ਆ ਵੀ ਸਾਨੂੰ ਬੋਡੀ ਔਰਗਨ ਮਿਲਣ, ਉਹ ਹੋਸਪਿਟਲ 'ਚ ਬੱਗੀ ਵੱਡੀ ਲਾਈਨ ਸਾਨੂੰ ਲੋਡ ਪੈ ਗਈ ਕਿਡਨੀ ਦੀ ਲੋਡ ਪੈ ਗਈ, ਹਾਂਜੀ ਉਹਦੀ ਵੇਟ ਕਰਦੇ ਆ। ਮੈਂ ਜਿਵੇਂ ਆਪਣਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਆਪਾਂ ਜਿਹਨਾਂ ਨੂੰ ਆਪਣਾ ਧਰਮ ਹੀ ਇਸ ਬਣਾ ਤੇ ਖੜ੍ਹਾ ਵੀ ਜਿਹਨੂੰ ਲੋੜ ਆ ਆਪਾਂ, ਆਪਣੇ ਸਿੱਖ ਕਮਿਊਨਿਟੀ ਨੇ ਸਾਡੇ ਉੱਥੇ$2.6 million ਦਾ ਹੀਲਿੰਗ ਗਾਰਡਨ ਬਣਾਇਆ। ਸੋ ਇੱਕ ਆ ਬਿੱਲ ਮੈਂ ਕਹਿੰਦਾ ਵੀ ਆਪਣੇ 'ਚ ਬਹੁਤ ਵਧੀਆ ਫਿਟਿੰਗ ਆ ਰਹੀ ਆ, ਹੋ ਰਹੀ ਆਪਣੇ ਧਰਮ 'ਚ ਵੀ। 201 ਉਹਦਾ ਨੰਬਰ ਆ, ਜਿਹੜੀ 26 ਸਾਡੀ ਫੈਬਰੀ ਨੂੰ ਨਵਾਂ ਫਾਲ ਸੈਸ਼ਨ ਆ ਸੈਸ਼ਨ ਚੱਲਣਾ, ਉਹਦੇ 'ਚ ਮੈਂ ਪ੍ਰਾਈਵੇਟ ਬਿੱਲ ਲਿਆ ਰਿਹਾ। ਆਪਣੀ ਸਰਕਾਰ ਸਾਡੀ ਆ ਪਰ ਸਾਨੂੰ ਇੱਕ MLA ਪ੍ਰਾਈਵੇਟ ਮੈਂਬਰ ਹੋਣ ਦੇ ਨਾਤੇ ਸਾਨੂੰ ਇੱਕ ਰਾਈਟ ਆ ਵੀ ਤੁਸੀਂ ਆਪਦੀ ਮਰਜ਼ੀ ਦਾ ਕੋਈ ਵੀ ਬਿੱਲ ਲਿਆਓ ਉਹ ਪਾਸ ਕਰਾਓ। ਸੋ ਮੈਂ ਉਹ ਬਿੱਲ ਦਾ ਨਾਂ ਹੈਗਾ 201 ਬੋਡੀ ਔਰਗਨਾਈਜੇਸ਼ਨ, ਵੀ ਜਿਹੜਾ ਵੀ ਕੋਈ ਅਲਬਰਟਾ 'ਚ ਰਹਿ ਰਿਹਾ ਉਹ ਆਪਣੀ ਬੋਡੀ ਔਰਗਨਾਈਜੇਸ਼ਨ ਬਾਰੇ ਯੈਸ ਜਾਂ ਨੋ ਮਾਰਕ ਜ਼ਰੂਰ ਕਰੇ ਹੈਲਥ ਕਾਰਡ 'ਤੇ। ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਜੇ ਉਦੋਂ ਮਾਰਕ ਹੋਊਗਾ ਯੈਸ, ਅਤੇ ਉਹਦੇ ਔਰਗਨ ਉਹਨੇ ਡੋਨੇਟ ਕਰਨੇ ਆ ਜਾਂ ਲੋੜ ਵਾ ਆਟੋਮੈਟਿਕਲੀ ਉਹ ਡੋਨੇਟ ਹੋ ਜਾਣਗੇ। ਸੋ ਉਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਆ, ਜੇ ਮੈਂ ਉਹ ਸਕਸੀਡ ਉਹਦੇ ਸਕਸੈਸ ਮਿਲ ਜਾਵੇ ਵਾਹਿਗੁਰੂ ਦੀ ਕਿਰਪਾ ਨਾਲ। ਮੈਨੂੰ ਬਹੁਤ ਮੀਡੀਆ ਦੀ ਥਰੂ ਆਊਟ ਕੈਨੇਡਾ ਬੜੀ ਸਪੋਰਟ ਮਿਲ ਰਹੀ ਆ, ਜਦੋਂ ਵੀ ਲੋਕ ਉਹਦੇ ਬਾਰੇ ਸੁਣਦੇ ਜਾਂ ਕਿਉਂ ਉੱਥੇ ਲੋਕ ਬੜੇ ਅਵੇਅਰ ਆ ਪੋਲੀਟਿਕਸ ਬਾਰੇ, ਉਹ ਦੇਖਦੇ ਵੀ ਕੀ ਆ ਕੀ ਪ੍ਰੋਗਰਾਮ ਅਲਬਰਟਾ ਚੱਲ ਰਿਹਾ, ਕੀ ਕੋਈ MLA ਕੋਈ ਨਵੀਂ ਚੀਜ਼ ਲੈ ਰਿਹਾ। ਸੋ ਉਹਦੇ ਲਈ ਮੈਨੂੰ ਬੜੀ ਯਾਨੀ ਕਿ ਪਰਮਾਤਮਾ ਦੀ ਕਿਰਪਾ ਨਾਲ ਬੜੀ ਹੌਸਲਾ ਮਿਲਦੀ ਆ ਲੋਕਾਂ ਦੇ। ਹੁਣ ਮੈਨੂੰ ਈਮੇਲ ਆ ਇੱਥੇ ਬੈਠੇ ਤੋਂ ਆਈ ਜਾਂਦੀਆਂ ਵੀ ਜਦੋਂ ਤੁਸੀਂ ਆਏ ਮੈਂ ਤੁਹਾਡਾ ਗੱਲ ਕਰਨੀ, ਮੀਡੀਆ ਟਾਈਮ ਟੂ ਟਾਈਮ ਟੋਰਾਂਟੋ ਦਾ ਜਾਂ ਕੈਲਗਰੀ ਦਾ ਉਹ ਗੱਲ ਮੈਨੂੰ ਆਮ ਕਰਦਾ ਰਹਿੰਦਾ। ਸੋ ਮੇਰੇ ਮੈਂ ਜੇ ਕਹਿੰਦਾ ਵੀ ਉਹ ਬਿੱਲ ਸਾਡਾ ਪਾਸ ਹੋ ਗਿਆ
मेरे लिए बहुत वधिया एक परमात्मा ने करना आने करा बंद थ्रू आ जे हो गया तो आई थिंक वो अपने आम लोगों बहुत वधिया एक ब्रेक होगी जिन्हों के लव वन की डैथ हो जाती है जो वेट करते हैं अपने हॉस्पिटल बैड पर पे होंगे ज किडनी या अखा का जरा भी उन्होंने पार्ट्स लोड आ एक डेड परसन कैन सेव लाइक 60 to 75 बंदे सेव कर सकता है एक बंदा सो देखो भी जे इन थोड़े पार्ट्स किसी दे विच होर नूं मिल जाणगे तो सड़के सवाई हो जाणगे ओ एक होर आ जी उहदे नाल तुसीं देखो जे वो बॉडी जो पार्ट्स भी कढे जाण थोड़ा इवन अजकल जिहड़ी आम चलता एनवायरमेंट इशू बहुत वड्डी गल आ मैं तो आम ही गल करदा ना उहदे नाल इवन बर्निंग जिहड़ी आ साडी बॉडी भी बहुत लोग ना कैनेडियन लोग आम थोड़ी बॉडी डिनेयर ही कर देंदे फुली भी एक्सपीरियंस उत्ते करो ते स्टडी करो एक्सपेरिमेंटल स्टडी करो सो एज लोग भी हैगे आ सो मेरे भी चाहना भी जिहड़ी जिहड़ी बॉडी ऑर्गन डोनेशन इत्थे भी लोग देण इंडिया च भी क्यों इत्थे भी लोगों दे बहुत ज्यादा आप देखे एक्सीडेंट च बहुत डेथ होंगे जेडे बेचारे बेड ते पे डेथ हो जाती है अवेलेबल नहीं गा सो मैं चाहना इतने भी अपने क्यों पंजाब दे सी बिलोंग करते हैं असं चाहते भी लोगों को इतने भी भलाई हो उस तरह मैं जी प्रोविंस में बिलोंग करता एज ए कनेडियन मैं चाहना उत्थे भी लोग बॉडी ऑर्गनाइजेशन का बिल मेरा पास हो गया तो फिर थोड़ा सब लोगों का धन्यवाद करा आके फिर जो असी साड़ी तो वॉइस है ऐसी वॉइस जी लोगों ने दी है वो असी अपने रीप्रजेंट लोगों की वॉइस अपने कैबिनेट टेबल पर कर रहे हैं जी सो आ दो चीज़ा मेरे एजेंडे है करना कराने बाबे ने अच्छा एक वॉइस जी लोगों की उत्थे जाके टेबल पर जावे देखो की शुभकामना थैंक यू जो मन है लोगों की भलाई वास्ते जरूर पूरी हो थैंक यू जी सब सब जो हुण उत्थे जिहड़े डिवेलप्ड कंट्री हैगे ने विकसित देश हैगे ने उहनां विच तुसीं रहिंदे हैगे हो फिर जदों तुसीं इत्थे इंडिया दे विच आउंदे हो जां पंजाब दे विच आउंदे हो तुहानूं कुछ इहो जिहियां चीज़ां नज़र आउंदियां कि जिन्हां नूं तुसीं मतलब चाहुंदे हो कि इंडिया च वी उह चेंज होणियां चाहीदियां हैगियां देखो जी जिवें तुसीं गल करती डिवेलप्ड उह कंट्री दा इत्थों दा सिस्टम जिहड़ा आलमोस्ट मैं कहिंदा वी गवर्नेंस जगा सिस्टम आलमोस्ट 150 to 200 साल तक डिफरेंस हैगा जेड़ा उत्थे एज ए पॉलिटिशियन इत्थे भी ते उत्थे भी पॉलिसी मेकर आ उत्थों दे जिहड़े पॉलिटिशियन आ एक सेवादार ट्रू सेवादार आ ते इत्थे अपना अधिकार समझ लैंदे ने भी हुण नहीं मैं उस मैं आई दसना चाहना भी उत्थे जिहड़ी ट्रू सेवा दे नाल सानूं एक लोकां ने वॉइस दिती उत्थे टेबल ते जाण लई असीं उह वॉइस रेज करदे आं इत्थों सिस्टम जदों मैं इत्थे आउणा साडे एन आर इशू बहुत बहुत इशू हैगे इक लैंड दा इशू आ पुलिस दा इशू आ मेरे कोले हुण पिछले दिनी 3-4 बंदे साडे बाहरले एन आर आई आए जिन्हां ते गलत रिपोर्टां एफ आई आर लिखाईआं गईआं उहनां दे उह जिहड़ी कि उह फाइल करतीआं ਉਹਨੂੰ ਜਿਵੇਂ ਇੱਕ ਵਾਰੀ ਐਫ ਆਈ ਆਰ ਲਿਖੀ ਜਾਂਦੀ ਹੈ ਬੜੀ ਹਾਰਡ ਆ ਉਸ ਨੂੰ ਦੁਆਰਾ ਰੇਜ ਨਹੀਂ ਕੀਤਾ ਜਾ ਸਕਦਾ ਸੋ ਉਹ ਪ੍ਰੋਸੈਸ ਜਿਹੜੇ ਆ ਉਹ ਮੈਂ ਜਿਹੜੇ ਆਪਣੇ ਡਿਪਟੀ ਪ੍ਰੀਮੀਅਰ ਸੁਖਬੀਰ ਬਾਦਲ ਜੀ ਉਹ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰ ਰਹੇ ਆ ਹੁਣ ਪਿੱਛੇ ਜੇ ਐਨ ਆਰ ਆਈ ਸੈੱਲ ਵੀ ਬਣਾਇਆ ਇਹਨਾਂ ਨੇ ਸੋ ਦੇ ਆਰ ਵੈਰੀ ਕੰਸਰਨ ਔਨ ਦੈਟ ਪਰ ਉਹਦੇ 'ਚ ਸਾਨੂੰ ਇੱਥੋਂ ਦੀ ਪੰਜਾਬ ਗਵਰਨਮੈਂਟ ਨੂੰ ਹੋਰ ਕੰਮ ਕਰਨ ਦੀ ਲੋੜ ਆ ਸੋ ਜਿਹੜੇ ਐਨ ਆਰ ਆਈ ਆ ਉਹ ਸਾਡੇ ਅਸੀਂ ਤੁਹਾਡੇ 'ਚੋਂ ਹਾਂ ਤੁਹਾਡੇ ਛੋਟੇ ਭਰਾ ਵੱਡੇ ਭਰਾ ਕਹਿ ਲਓ ਤੁਹਾਡੇ ਹਾਂ ਇੱਥੋਂ ਗਏ ਹਾਂ ਉਦੋਂ ਲੈਂਡ ਓਪਰਚੁਨਿਟੀ ਸੀਗੀ ਹੁਣ ਅਸੀਂ ਸਾਰੇ ਚਾਹੁੰਦੇ ਵਾਪਸ ਆਈਏ ਠੀਕ ਹੈ ਉੱਥੋਂ ਆਈਏ ਵੀ ਅਸੀਂ ਉੱਥੇ ਹੁਣ ਸੇਵਾ ਕਰ ਲਈ ਆ ਲੋਕਾਂ ਨੇ ਪੈਸੇ ਬਹੁਤ ਬਣਾਏ ਆ ਕਿਉਂ ਲੈਂਡ ਓਪਰਚੁਨਿਟੀ ਹੁਣ ਇੰਡੀਆ ਵੀ ਇੱਕ ਲੈਂਡ ਓਪਰਚੁਨਿਟੀ ਆ ਜਿਹੜੇ ਗਲੋਬਲ ਆ ਗਲੋਬਲਾਈਜ਼ ਜਿਹੜੀ ਆ ਹੁਣ ਬਣ ਗਈ ਆ ਵਰਲਡ ਇੱਕ ਛੋਟਾ ਜਿਹਾ ਬਣ ਗਿਆ ਸਾਰੇ ਸਾਡਾ ਜਿਹੜੀ ਪ੍ਰੋਵਿੰਸ ਆ ਉਹ ਵੀ ਚਾਹੁੰਦੀ ਆ ਆਪਣੇ ਪੰਜਾਬ ਨਾਲ ਅਸੀਂ ਹੋਰ ਸਾਈਨਿੰਗ ਕਰੀਏ ਜਿਵੇਂ ਅਸੀਂ ਚਾਹੁੰਦੇ ਹਾਂ ਮੈਂ ਚਾਹੁੰਦਾ ਪਰਸਨਲੀ ਵੀ ਟ੍ਰੇਨਿੰਗ ਵਗੈਰਾ ਕੀਤੀ ਜਾਵੇ ਅਤੇ ਪੰਜਾਬ ਦੇ ਲੋਕ ਹੋਰ ਵੀ ਖੁਸ਼ਹਾਲ ਹੋਣ ਇਹ ਸਾਰੇ ਪੰਜਾਬ ਨੂੰ ਇੰਡੀਆ ਤਾਂ ਨਹੀਂ ਉਹ ਕੈਨੇਡਾ ਤਾਂ ਨਹੀਂ ਲਿਜਾ ਸਕਦੇ ਗੇ ਪਰ ਅਸੀਂ ਚਾਹੁੰਦੇ ਹਾਂ ਵਧੀਆ ਤਰੀਕੇ ਨਾਲ ਕੋਈ ਸੰਧੀਆਂ ਜਿਹੜੀਆਂ ਉਹ ਕੀਤੀਆਂ ਜਾਣ ਆਉਣ ਵਾਲੇ ਟਾਈਮ 'ਚ ਚੰਡੀਗੜ੍ਹ ਡਿਨਰ ਉਹਨਾਂ ਨੂੰ ਵੀ ਉਹ ਗੱਲ ਬਾਰੇ ਕਿਹਾ ਤੇ ਉਹਨਾਂ ਨੇ ਬੜੀ ਸੀਰੀਅਸਲੀ ਉਹ ਗੱਲ ਕੀਤੀ ਵੀ ਸਾਨੂੰ ਇਹ ਜਿਹੜੇ ਆ ਸੰਧੀਆਂ ਕਰਨ ਦੀ ਜ਼ਰੂਰਤ ਆ ਕਿਉਂ ਸਾਡਾ ਸੂਬਾ ਵੀ ਗੈਸ ਅਤੇ ਓਇਲ ਦੇ ਨਾਲ ਨਾਲ ਉਹ ਆਪਣਾ
ਜਿਹੜਾ ਐਗਰੀਕਲਚਰ ਵੀ ਬਹੁਤ ਵੱਡਾ ਸਾਡਾ ਹੱਬ ਆ ਉੱਥੇ, ਅਤੇ ਉਹ ਚਾਹੁੰਦੇ ਆ ਵੀ ਕੋਈ ਨਾ ਕੋਈ ਆਪਾਂ ਜਿਹੜੇ ਫੂਡ ਪ੍ਰੋਸੈਸਿੰਗ ਆ, ਸ਼ੈਲ ਗੈਸ ਆ, ਉਹ ਐਗਰੀਮੈਂਟ ਇੱਥੇ ਵੀ ਕੀਤੀਆਂ ਹਨ ਪੰਜਾਬ ਨਾਲ, ਅਤੇ ਪੰਜਾਬ ਦੀ ਬਿਹਤਰੀ ਲੋਕਾਂ ਦੀ ਹੋਰ ਹੋ ਸਕੇ, ਇਹ ਸਾਡੀ ਉਹ ਆ। ਬਾਕੀ ਜਿਹੜਾ ਮੈਨੂੰ ਤੁਹਾਨੂੰ ਦੱਸਿਆ ਵੀ ਹੋਰ ਚੀਜ਼ਾਂ ਬਹੁਤ ਬਹੁਤ ਕਰਦੀਆਂ, ਇੱਕ ਬਹੁਤ ਵੱਡੀ ਸਮੱਸਿਆ ਜਿਹੜੇ ਐੱਨ ਆਰ ਆਈ ਸਾਡੇ ਵੀਰ ਆਉਂਦੇ ਆ, ਉਹ ਆ ਕੇ ਇੱਥੇ ਕਈ ਵਾਰ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ। ਮੈਨੂੰ ਵੀ, ਮੈਂ ਸਵੇਰ ਤੋਂ ਨਿਕਲਦਾ, ਆਮ ਤਾਂ ਲੋਕ ਕਹਿੰਦੇ ਜੀ ਤੁਸੀਂ ਪੰਜਾਬ ਚੱਲੇ ਆ ਅਤੇ ਉੱਥੇ ਹੋਲੀਡੇ ਕਰਨ ਜਾਓਗੇ ਕਿਉਂ, ਉੱਥੇ ਬੜੀ ਲਾਈਫ ਸਟ੍ਰੈਸਫੁੱਲ ਆ, ਪਰ ਮੇਰੇ ਇੱਥੇ ਉੱਥੇ ਹੋਲੀਡੇ ਨੂੰ ਮੇਰਾ ਡਬਲ ਕੰਮ ਹੋ ਜਾਂਦਾ। ਇੱਥੇ ਆ ਕੇ ਮੈਨੂੰ ਆਮ ਪ੍ਰੋਗਰਾਮਾਂ ਦੇ ਜਾਣ ਨਾਲ, ਪਲੱਸ ਅਸੀਂ ਜਦੋਂ ਆਉਣੇ ਹਾਂ ਅਸੀਂ ਚਾਹੁੰਦੇ ਵੀ ਇੱਥੋਂ ਦੇ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਾਲ ਵੀ ਤਾਲਮੇਲ ਰੱਖੀਏ, ਵੀ ਜਿਹੜੇ ਐੱਨ ਆਰ ਆਈ ਇਸ਼ੂ ਆ ਅਸੀਂ ਉਸ ਸਿੱਧੇ ਰੇਜ਼ ਕਰੀਏ। ਜਿਵੇਂ ਹੁਣ ਪਿੱਛੇ ਦੇ ਪ੍ਰਾਈਮ ਮਿਨਿਸਟਰ ਆਪਣੇ ਇੰਡੀਆ ਦੇ ਸਰਦਾਰ ਮਨਮੋਹਨ ਸਿੰਘ ਜੀ G20 'ਚ ਮਿਲੇ, ਉੱਥੇ ਪਰਸਨ ਟੂ ਪਰਸਨ ਸਾਡੀ ਗੱਲ ਹੋਈ, ਹੁਣ ਵੀ ਮੈਂ ਚਾਹੁੰਦਾ ਵੀ ਉਹਨਾਂ ਨੂੰ ਟਾਈਮ ਲਿਆ ਜਾਵੇ। ਸੋ ਉਹ ਗੱਲਾਂ ਬਾਤਾਂ ਦੇ ਨਾਲ ਹੁਣ ਮੈਨੂੰ ਟ੍ਰੈਫਿਕ ਬਹੁਤ ਬਾਧਾ ਕਰਦਾ, ਕਿਉਂਕਿ ਮੈਂ ਡਰਾਈਵਿੰਗ ਆਲਮੋਸਟ ਸਵੇਰੋਂ ਲੱਗਦੇ ਹਾਂ ਅਤੇ ਰਾਤ ਨੂੰ ਕਈ ਵਾਰ 11-12-1 ਵੱਜ ਜਾਂਦਾ। ਮੈਂ ਪਿੱਛੇ ਜੇ ਲਾਸਟ ਈਅਰ ਆਇਆ ਸੀਗਾ ਅਤੇ ਮੈਂ ਕੋਈ ਆਲਮੋਸਟ 35,000 ਰੁਪਏ ਦੇ ਰਿਫਲੈਕਟਰ ਅਸੀਂ ਜਗਰਾਉਂ ਪੁਲਿਸ ਨੂੰ ਦਿੱਤੇ, ਮੈਂ ਆਪ ਖੜ ਕੇ ਚੌਂਕ ਲਾਏ। ਮੈਂ ਬਹੁਤ ਕੰਸਰਨ ਆ ਵੀ ਜਿਹੜੇ ਇੱਥੇ ਵੱਡੇ ਵੱਡੇ ਟਰੱਕ ਜਾ ਰਹੇ ਆ ਉਹਨਾਂ ਦਾ ਕੋਈ ਹੈ ਨੀ ਗਾ ਕੋਈ ਰਿਫਲੈਕਟਰ ਨਹੀਂ। ਜਿਹੜੇ NRA ਆ ਉਹ ਇੱਕ ਜਿਹੜੇ ਭੋਲੇ ਲੋਕ ਆ, ਜਦੋਂ ਬਾਹਰ ਤੋਂ ਰਹਿਣ ਲੱਗ ਪੈਂਦੇ ਉਹਨਾਂ ਨੂੰ ਪਤਾ ਲੱਗਦਾ ਇੱਥੋਂ ਦੇ ਸਿਸਟਮ ਦਾ, ਉਹ ਕਈ ਵਾਰ ਆਮ ਸ਼ਿਕਾਰ, ਜਿਹੜੀਆਂ ਪਿੱਛੇ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ ਟਰੱਕਾਂ ਦੇ ਜਾਂ ਵੱਡੇ ਟਰਾਲੀਆਂ ਜਾ ਰਹੀਆਂ, ਗੰਨੇ ਦੀ ਲੱਗੀ ਤੇ ਪਿੱਛੇ ਸਰੀਆ ਲੱਦਿਆ, ਕੋਈ ਪਿੱਛੇ ਉਹਨਾਂ ਦਾ ਕੋਈ ਹਾਈਲਾਈਟ ਕਰਨ ਨੂੰ ਕੋਈ ਕੱਪੜੇ ਟੰਗਿਆ। ਸੋ ਮੈਨੂੰ ਵੀ, ਮੈਂ ਆਪ ਕਈ ਵਾਰ ਤਾਂ ਜਦੋਂ ਮੈਂ ਜਾਣਾ ਜੋ ਦੇਖਦਾ ਉਹ ਚੀਜ਼, ਮੈਂ ਚਾਹੁੰਦਾ ਵੀ ਮੈਂ ਪੰਜਾਬ ਦਾ ਪੁੱਤ ਹਾਂ ਅਤੇ ਮੇਰਾ ਆਪਦਾ ਫਰਜ਼ ਬਣਦਾ, ਮੈਂ ਟਾਈਮ ਟੂ ਟਾਈਮ ਉਹ ਜੇ ਕੋਈ ਟਰੱਕ ਵਾਲਾ ਵੀਰ ਆ ਜਾਂ ਕੋਈ ਟਰਾਲੀ ਵਾਲਾ, ਉਹਨੂੰ ਖੜਾ ਵੀ ਲਈਦਾ, ਉਹਨੂੰ ਪਿਆਰ ਨਾਲ ਸਮਝਾਈਦਾ ਵੀ ਯਾਰ ਪਿੱਛੇ ਆ ਤੂੰ ਦੱਸ ਕਿੰਨੇ ਦਾ ਰਿਫਲੈਕਟਰ ਲੱਗੂਗਾ, ਪਿੱਛੇ ਲਾ ਤੂੰ, ਆਮ ਲੋਕ ਦਾ ਜਿਹੜਾ ਕੋਈ ਤੇਰੇ ਵਿੱਚ ਵੱਜੂਗਾ ਉਹਦੇ ਨਾਲ ਉਹਦੀ ਫੈਮਿਲੀ ਤਬਾਹ ਹੋ ਜਾਣੀ, ਉਹਦਾ ਕਿਸੇ ਦਾ ਪੁੱਤ ਮਰ ਜਾਣਾ, ਕਿਸੇ ਦਾ ਭਰਾ ਮਰ ਜਾਣਾ, ਕਿਸੇ ਭੈਣ ਦਾ, ਇਹਨਾਂ ਲਾਈਕ ਕਿਸੇ ਦਾ ਘਰ ਵਾਲਾ ਮਰ ਜਾਣਾ, ਵੀ ਤੂੰ ਛੋਟੀ ਜਿਹੀ ਗੱਲ ਆ ਇੱਕ 25-30-35 ਰੁਪਏ ਦਾ ਰਿਫਲੈਕਟਰ ਲਾ ਲਾ ਵੀ ਉਹ। ਮੈਂ ਇਹਦੇ 'ਚ ਇੱਕ ਗਵਰਨੈਂਸ ਦੀ ਵੀ ਘਾਟ ਬਹੁਤ ਵੱਡੀ ਮੈਂ ਮਹਿਸੂਸ ਕਰ ਲਈ, ਇਸ ਲਈ ਇੰਪਲੀਮੈਂਟ ਕੀਤਾ ਜਾ ਸਕਦਾ, ਪਰ ਜਿਹੜੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਮੈਂ ਇਹਦੇ 'ਚ ਗਵਰਨੈਂਸ ਦੀ ਵੀ ਘਾਟ ਸਮਝਦਾ, ਮੈਨੂੰ ਜਿਹੜੀ ਮੈਂ ਫੀਲ ਕਰਦਾ ਵੀ ਜਿਹੜੇ ਇੱਥੋਂ ਦੇ ਅਫੀਸ਼ਲਸ ਆ, ਬਿਊਰੋਕਰੈਟਸ ਆ, ਉਹਨਾਂ ਨੂੰ ਵੀ ਇਸ 'ਤੇ ਪਹਿਰਾ ਦੇਣਾ ਚਾਹੀਦਾ। ਇੱਕ ਮੈਂ ਤਾਂ ਈਵਨ ਆਪਣਾ ਇੱਕ ਨੈਟਸ਼ਲ ਰਿਪੋਰਟ ਬਣਾਉਣੀ ਹੈ, ਜਦੋਂ ਮੇਰਾ ਹੁਣ ਅੱਜ ਜਾਣਾ ਸੀ ਰਾਤ, ਅੱਜ ਸਾਡੀ NRA ਦੀ ਇੱਥੇ ਇੱਕ ਬਹੁਤ ਗੈਦਰਿੰਗ ਵੱਡੀ ਹੋ ਰਹੀ ਆ, ਸੋ ਮੈਂ ਲੇਟ ਹਾਂ ਉਹਦੇ ਪ੍ਰੋਗਰਾਮ 'ਤੇ ਜਾਣ ਲਈ, ਤਾਂ ਮੈਂ ਆਪਣੀ ਇੱਕ ਨੈਟਸ਼ਲ ਰਿਪੋਰਟ, ਅਬਜ਼ਰਵਿੰਗ ਰਿਪੋਰਟ ਕਹੂੰਗਾ ਵੀ ਮੈਂ ਆਨਰੇਬਲ ਪ੍ਰੀਮੀਅਰ, ਡਿਪਟੀ ਪ੍ਰੀਮੀਅਰ ਉਹਨਾਂ ਨੂੰ ਪੇਸ਼ ਕਰੂੰਗਾ ਵੀ ਮੈਨੂੰ 25-30 ਦਿਨਾਂ 'ਚ ਇੱਥੇ ਰਹਿ ਕੇ ਦੇਖਿਆ ਵੀ ਕੀ ਸਿਸਟਮ ਦੀ ਘਾਟ ਆ, ਵੀ ਇਹਨੂੰ ਆਪਾਂ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦਾ ਭਲਾ ਹੋਵੇ, ਪੰਜਾਬ ਦੇ ਲੋਕ ਸੁਖੀ ਵਸਣ, ਖੁਸ਼ ਵਸਣ, ਜਿਹੜਾ ਘਰੇ ਇੱਥੋਂ ਗਿਆ ਘਰੋਂ ਉਹ ਘਰੇ ਮੁੜ ਕੇ ਆਵੇ, ਉਹ ਘਰੇ ਜਾਣਾ ਚਾਹੀਦਾ ਕਿ ਉਹਦੇ ਬੱਚੇ ਵੇਅਰ ਕਰਦੇ ਆ। ਸੋ ਮੈਂ ਜਿਹੜੀ ਟ੍ਰੈਫਿਕ ਦਾ ਮੈਨੂੰ ਬਹੁਤ ਬਾਦਲ ਕਰ ਰਿਹਾ, ਉਹਦੇ ਲਈ ਜਦੋਂ ਤੁਸੀਂ ਕੋਈ ਸਾਡੇ ਜਿਹੜਾ ਸਿਸਟਮ ਚੱਲਦਾ ਪੋਲੀਟੀਕਲ ਸਾਡੇ ਆਪਣੇ ਇਹਦਾ ਆਪਣੇ ਦਾ ਮੋਟਰ ਵਹੀਕਲ ਦਾ, ਅਸੀਂ ਹਰ ਇੱਕ ਵਹੀਕਲ ਨੂੰ ਪਲੇਟ ਤਾਂ ਮਿਲ ਜਾਂਦੀ ਜਦੋਂ ਨਵਾਂ ਵਹੀਕਲ ਆਉਂਦਾ, ਉਸਦੇ ਨਾਲ ਉਹਦਾ ਇੱਕ ਸਟਿੱਕਰ ਲੱਗਦਾ, ਰਿਨਿਊਲ ਸਟਿੱਕਰ, ਉਹ ਤਾਂ ਲੱਗਦਾ ਜੇ ਤੁਹਾਡੇ ਕੋਲ ਲਾਈਸੈਂਸ, ਵੈਲਿਡ ਲਾਈਸੈਂਸ ਹੋਵੇ, ਡਰਾਈਵਰ ਲਾਈਸੈਂਸ ਜਿਹੜੇ ਬੰਦੇ ਦੇ ਨਾਂ 'ਤੇ ਰਜਿਸਟਰ ਗੱਡੀ ਹੈ, ਸੈਕਿੰਡਲੀ ਉਹਦੇ ਕੋਲ ਇੰਸ਼ੋਰੈਂਸ ਹੋਵੇ, ਥਰਡ ਉਹਦੀ ਉਹ ਗੱਡੀ ਦੀ ਮੇਨਟੇਨ, ਜੇ ਉਹ ਓਵਰ ਓਲਡਰ 10,000 ਤੋਂ ਪੁਰਾਣਾ ਵੀ ਉਹਦੇ ਸਭ ਕੁਝ, ਉਹਦੀ ਕੋਈ ਇੰਸਪੈਕਸ਼ਨ ਰਿਪੋਰਟ ਹੋਵੇ, ਉਹ ਇੰਸਪੈਕਸ਼ਨ ਰਿਪੋਰਟ ਹੋਊਗੀ ਤਾਂ ਅਸੀਂ ਉਹ 'ਤੇ ਸਟਿੱਕਰ ਲੱਗਦਾ। ਤੇ ਸਾਡੇ ਇੱਥੇ ਕੀ ਦੇਖਿਆ, ਕੋਈ ਜਿਹੜਾ ਇੱਕ ਵਾਰੀ ਟਰੱਕ ਦੇ ਇਸ਼ੂ ਹੋ ਗਈ ਪਲੇਟ, ਉਹ ਪੁੱਛਣਾ ਹੀ ਨੀਗਾ, ਉਹ ਮੈਂ ਪੁੱਛਿਆ ਇੱਕ ਦੋ ਇੱਥੇ ਐਕਸ ਮਿਨਿਸਟਰ ਨਾਲ ਵੀ ਗੱਲ ਹੋਈ, ਹੋਰ MLA ਨਾਲ ਵੀ ਗੱਲ ਹੋਈ, ਮੈਂ ਕਿਹਾ ਤੁਸੀਂ ਉਹ ਕਦੋਂ ਨਹੀਂ ਕਰਦੇ, ਉਹ ਕਹਿੰਦੇ ਜੀ ਇੱਥੇ ਉਹ ਇਹ ਅਫੀਸ਼ਲ ਦਾ, ਉਹ ਕਹਿੰਦੇ ਕੋਈ ਨਹੀਂ ਘਰੇ ਬੈਠੇ ਹੀ ਕਰ ਦਿੰਦੇ ਆ। ਉਹ ਜਿਹੜੇ ਮੈਂ ਸੁਖੀਰ ਜੀ ਨੂੰ ਆਹ ਗੱਲ ਕਹੂੰਗਾ, ਡਟ ਕੇ ਕਹੂੰਗਾ ਮੈਂ ਇਹਦੇ 'ਚ, ਮੈਂ ਮੈਨੂੰ ਕੋਈ ਇਹਦੇ 'ਚ ਜੇ ਲੋਕਾਂ ਦਾ ਭਲਾ ਹੋਊਗਾ ਮੈਂ ਉਸ ਪਹਿਰਾ ਇੱਥੇ ਵੀ ਦੇਵਾਂਗਾ। ਇਸ ਦਾ ਡਬਲ ਬੈਰਲ MLA ਆ ਕੈਨੇਡਾ ਦੇ ਵੀ ਅਤੇ ਪੰਜਾਬ ਦੇ ਵੀ ਬਿਲੋਂਗ ਕਰਦੇ ਹਾਂ, ਕਿਉਂ ਮੋਸਟਲੀ ਕੰਸਰਨ ਜਦੋਂ ਕੋਈ ਹੁੰਦਾ ਪੰਜਾਬ ਦਾ NRA ਉੱਧਰੋਂ ਆ ਕੇ ਐਕਸੀਡੈਂਟ, ਇੱਥੋਂ ਦੀ ਬੜੀ ਉਹ ਟੱਚਿੰਗ ਹੁੰਦਾ ਤੁਹਾਡੇ ਲਈ, ਬੜੀ ਉੱਥੋਂ ਦੇ ਲੋਕ ਕਈ ਵਾਰ ਵੀਜ਼ੇ ਲਈ ਉਦੋਂ ਬਾਅਦ ਬੜੀਆਂ ਗੱਲਾਂ ਵਿੱਚ ਲੰਘਣਾ ਪੈਂਦਾ। ਸੋ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਜਿਹੜੇ ਲੋਕ ਗਲਤ
ਇਹ ਜੇ ਜਿਹੜੇ ਵਹੀਕਲਸ ਆ ਉਹਨਾਂ ਨੂੰ ਉਹ ਸਟਿੱਕਰ ਜਾਂ ਉਹੀ ਪਰਮਿਸ਼ਨ ਦੇਈ ਜਾਂਦੇ ਚਲਾਉਣ ਦੀ ਉਹਦੇ ਉਹਨਾਂ ਬੰਦਿਆਂ ਨੂੰ ਰਾਈਟ ਵੇ ਡਿਸਮਿਸ ਹੋਣੇ ਚਾਹੀਦੇ ਆ। ਜੇ ਮੇਰੀ ਮੈਂ ਕਿਤੇ ਬਣ ਗਿਆ ਮਿਨਿਸਟਰ ਇੱਥੋਂ ਦਾ ਮੈਂ ਪਰਵਾਹ ਨਹੀਂ ਮੰਨਦਾ ਵੀ ਅਸੀਂ ਤਾਂ ਉਹਦੀ ਤੋਰਦੇ ਨੇ ਗੱਡੀ ਤੇ ਜੇ ਕਿਤੇ ਹੋ ਗਈ ਗੱਲਬਾਤ ਦੇਖਾਂ ਵੀ ਟ੍ਰੈਫਿਕ ਕਿਵੇਂ ਠੀਕ ਕਰਦੇ ਆ। ਬਾਕੀ ਆ ਜਿਹੜੇ ਇੱਥੋਂ ਦੇ ਹੈਵੀ ਵਹੀਕਲ ਆ ਸਾਡੇ ਟਾਈਮ ਲਿਮਿਟ ਆ ਉਹਨਾਂ ਦਾ ਵੀ ਤੁਸੀਂ ਜੇ ਜਿਵੇਂ ਹੁਣ ਬ੍ਰਿਜ ਕੈਰੀ ਕਰਦੇ ਆ ਆਪਣੇ ਵੱਡੇ ਬੀਮ ਉਹ ਮੈਨੂੰ ਲੱਗਦਾ ਵੀ ਉਹ 100-150 ਫੁੱਟ ਦੇ ਵੱਡੀਆਂ ਮਸ਼ੀਨਾਂ ਉਹ ਕਈ ਵਾਰ ਪ੍ਰਾਈਮ ਟਾਈਮ ਲੋਕਾਂ ਦਾ ਜਿਵੇਂ ਆਮ ਲੋਕਾਂ ਦਾ ਟਾਈਮ ਆ ਉਹ ਵਿੱਚ ਲੈ ਕੇ ਆ ਜਾਂਦੇ ਆ। ਉਹਦੇ ਨਾਲ ਜਿਹੜਾ ਉਹ ਡਬਲ ਰੋਡ ਕ੍ਰਾਸ ਕਰ ਰਹੀ ਹੈ ਉਹਦੇ ਟ੍ਰੈਫਿਕ ਲੋਕ ਤਾਂ ਤੁਹਾਡੇ ਆਲਰੇਡੀ ਜਿਵੇਂ ਤੁਹਾਡੀ ਪਾਪੂਲੇਸ਼ਨ ਆ ਮੈਂ ਦੇਖਿਆ ਜੀਰੀ ਰੋਡ ਮੈਂ 31 ਸਾਲ ਪਹਿਲਾਂ ਛੱਡ ਕੇ ਗਿਆ ਫਿਰੋਜ਼ਪੁਰ ਜੀਰੀ ਰੋਡ ਤੋਂ ਲੁਧਿਆਣਿਆਂ ਦੀ 31 ਸਾਲ ਤੋਂ ਤੁਹਾਡੀ ਆਲਮੋਸਟ 300% ਤੁਹਾਡੀ ਪਾਪੂਲੇਸ਼ਨ ਵੱਧ ਗਈ ਹੈ ਪਰ ਉਹਦੇ ਚ ਸੜਕ ਹੋਈ ਹੈ ਸੜਕ ਹੋਈ ਆ। ਸੋ ਮੈਂ ਚਾਹੁੰਦਾ ਵੀ ਇਹ ਗੱਲਾਂ ਤੇ ਸਾਨੂੰ ਜੇ ਧਿਆਨ ਦੇਈਏ ਅਸੀਂ ਆਪਣੇ ਲੋਕਾਂ ਦਾ ਭਲਾ ਸੋਚਦੇ ਹਾਂ ਜਿਹੜੇ ਜੇ ਗਲਤ ਰੁਝਾਨ ਚੱਲ ਰਹੇ ਉਹਨਾਂ ਨੂੰ ਅਸੀਂ ਨੱਥ ਪਾਈਏ। ਇਹਨਾਂ ਇੱਥੋਂ ਦੇ ਪੋਲੀਟੀਸ਼ੀਅਨਾਂ ਨੂੰ ਵੀ ਬੇਨਤੀ ਕਰਾਂਗੇ ਹੱਥ ਜੋੜ ਕੇ ਵੀ ਤੁਸੀਂ ਇਹ 'ਤੇ ਪਹਿਰਾ ਦਿਓ ਜਿਹੜੇ ਇੱਥੋਂ ਦੇ ਬਿਊਰੋਕਰੈਟਸ ਆ ਜਿਹੜੇ ਟਿਕਟਾਂ ਚੁੱਪਰ ਕੇ ਸਟਿੱਕਰ ਲਵਾਈ ਜਾਂਦੇ ਲੋਕਾਂ ਟਰੱਕਾਂ ਵਾਲੇ ਦੇਈ ਜਾਂਦੇ ਆ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਪਲੀਜ਼ ਤੁਸੀਂ ਆਹ ਕੰਮ ਨਾ ਕਰੋ ਇਹਦੇ ਨਾਲ ਲੋਕਾਂ ਦੀ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਪਿਓ ਕਿਸੇ ਦਾ ਘਰ ਵਾਲੀ ਦਾ ਘਰ ਵਾਲਾ ਸੋ ਕਿੰਨੇ ਲੋਕਾਂ ਦੀ ਜਾਨ ਐਕਸੀਡੈਂਟ ਮੈਂ ਅੱਜ ਪੇਪਰ ਹੀ ਪੜ੍ਹ ਰਿਹਾ ਤੁਹਾਡੇ ਸਰਵੇ ਦਾ ਮੈਨੂੰ ਲੱਗਦਾ ਮੋਸਟ ਡੈਥ ਜਿਹੜੀਆਂ ਐਕਸੀਡੈਂਟ ਦੀਆਂ ਤੁਹਾਡੇ ਐਕਸੀਡੈਂਟ ਹੁੰਦੀਆਂ ਨਾ ਕਿ ਆਮ ਜਨਰਲ ਅੰਕੜੇ ਸੀ 300 ਪਤਨੀ 35-40 ਨੰਬਰ ਸੀਗਾ ਜਿਹੜਾ ਰੋਜ਼ ਦਾ ਤੁਹਾਡਾ ਬੰਦਾ ਐਕਸੀਡੈਂਟ ਰਾਹੀਂ ਮਰਦਾ ਬਹੁਤ ਵੱਡਾ ਅੰਕੜਾ ਜਿਹੜਾ ਆਪਾਂ ਨੂੰ ਉਹ ਤੇ ਸਾਡੇ ਮਰਦੇ ਐਕਸੀਡੈਂਟ ਬਹੁਤ ਘੱਟ 2-3-4 ਸਾਰੇ ਸੂਬੇ ਚੋਂ ਦਿਨ ਚ ਜਾਣੀ ਕਿ ਐਕਸੀਡੈਂਟ ਡੈਂਥ ਦੀਆਂ ਸੋ ਆਪਾਂ ਨੂੰ ਉਹ ਤੇ ਬਹੁਤ ਵੱਡਾ ਪਹਿਰਾ ਆਪਾਂ ਨੂੰ ਦੇਣ ਦਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇਹਦੀਆਂ ਗੱਲਾਂ ਜਿਹੜੀਆਂ ਸੋਸਾਇਟੀ ਚੱਲ ਰਹੀਆਂ ਰੋਕੀਏ। ਬਾਕੀ ਮੈਂ ਭਰੂਣ ਹੱਤਿਆ ਜਿਹੜੀ ਹੋ ਰਹੀ ਆ ਮੈਂ ਉਹਦੇ ਵੀ ਡਟ ਕੇ ਕਹਿਣਾ ਵੀ ਲੋਕਾਂ ਨੂੰ ਸਾਰਿਆਂ ਨੂੰ ਜਿਹੜੇ ਕੈਨੇਡਾ 'ਚ ਪਰਿਵਾਰ ਗਏ ਆ ਉਹ ਆਪਣੀਆਂ ਜਿਨ੍ਹਾਂ ਦੀਆਂ 4 ਜਾਂ 5 ਬੇਟੀਆਂ ਸੀਗੀਆਂ ਉਹਨਾਂ ਦੇ ਜ਼ਰੀਏ ਪੰਜਾਬ 'ਚੋਂ ਉੱਥੇ ਗਏ ਆ ਉੱਥੇ ਗਏ ਬਹੁਤ ਪਰਿਵਾਰ ਗਏ ਆ ਸੋ ਆਪਣੀਆਂ ਬੱਚੀਆਂ ਨੂੰ ਵਧੀਆ ਐਜੂਕੇਸ਼ਨ ਦੇਈਏ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਵਧੀਆ ਐਜੂਕੇਸ਼ਨ ਦੇ ਨਾਲ ਐਜੂਕੇਸ਼ਨ ਹੋਊਗੀ ਉਹਨਾਂ ਦੇ ਵਧੀਆ ਬਾਰ ਵੀ ਮਿਲਣਗੇ। ਜਿਹੜਾ ਦਹੇਜ ਦਾ ਚੱਕਰ ਹੈਗਾ ਉਹ ਬਹੁਤ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਵੱਡਾ ਕੈਂਸਰ ਆ ਲਾਲਤ ਦਾ ਕੈਂਸਰ ਆ ਜੋ ਕੈਂਸਰ ਨੂੰ ਆਪਾਂ ਪੜ੍ਹੇ ਲਿਖੇ ਹੋ ਕੇ ਸੋਸਾਇਟੀ ਦੇ ਲੀਡਰ ਕੋ ਆ ਕੇ ਜੇ ਆਪਾਂ ਉਹ 'ਤੇ ਪਹਿਰਾ ਨਹੀਂ ਦਿੰਦੇ ਗੇ ਉਹ ਆਪਣੇ ਲੀਡਰਾਂ ਦੀ ਸਾਡੇ ਵਰਗੇ ਲੀਡਰਾਂ ਦੀ ਘਾਟ ਆ ਵੀ ਅਸੀਂ ਉਹਨਾਂ ਨੂੰ ਪਹਿਰਾ ਦੇਈਏ ਅਤੇ ਲੋਕਾਂ ਨੂੰ ਪਿੰਡਾਂ ਪਿੰਡਾਂ ਜਾ ਕੇ ਦੱਸੀਏ ਵੀ ਕੁੜੀਆਂ ਆਪਾਂ ਭਰੂਣ ਹੱਤਿਆ ਨੂੰ ਬੰਦ ਟੋਟਲੀ ਬੰਦ ਕਰੀਏ ਪਿੰਡ ਦੇ ਸਰਪੰਚ ਦਾ ਵੀ ਫਰਜ਼ ਬਣਦਾ ਜੇ ਇਹ ਜੀ ਕੋਈ ਗੱਲਬਾਤ ਹੁੰਦੀ ਆ ਅਤੇ ਉਹ ਆਪਣਾ ਆਪਣਾ ਜਿਹੜੀਆਂ ਲੋਕਲ ਅਥਾਰਟੀਜ਼ ਆ ਉਹਨਾਂ ਨੋਟਿਸ ਲੈ ਕੇ ਆਵੇ ਆਪਾਂ ਲੋਕ ਤਾਂ। ਬਾਕੀ ਜਿਹੜਾ NRE ਵੀਰ ਸਾਡੇ ਆ ਕੇ ਬਹੁਤ ਵੱਡੇ ਮੇਲੇ ਕਰਾਉਂਦੇ ਆ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਵੀ ਆਪਾਂ ਜਿਹੜੀਆਂ ਆਪਣੀਆਂ ਬੇਟੀਆਂ ਇੱਥੋਂ ਪੰਜਾਬ ਦੀਆਂ ਉਹਨਾਂ ਦੇ ਵੀ ਆਪਾਂ ਵਿਆਹ ਬਾਰੇ ਆ ਕੰਮ ਵਿੱਢੀਏ ਕਿਉਂ ਜੇ ਕਿਸੇ ਦੀ ਬੱਚੀ ਕਿਸੇ ਦੇ ਘਰੋਂ ਕਹਿੰਦੇ ਡੋਰ ਤੋਂ ਤੁਰ ਜਾਂਦੀ ਆ ਬਹੁਤ ਵੱਡਾ ਤੁਹਾਨੂੰ ਉਹ ਜਾਣੀ ਕਿ ਆਪਦੇ ਦਿਲੋਂ ਧੰਨਵਾਦ ਕਰਦੀ ਪਰਮਾਤਮਾ ਉੱਪਰ ਤੁਹਾਡਾ ਵਾਹਿਗੁਰੂ ਤੁਹਾਡਾ ਸਾਰਾ ਜਾਣੀ ਕਿ ਸਾਰੀ ਉਮਰ ਤੁਹਾਡੀ ਉਹ ਖੁਸ਼ੀ ਮੰਗਦੀ ਆ ਵੀ ਤੁਸੀਂ ਲੋਕਾਂ ਨੇ ਮੈਨੂੰ ਆਹ ਕੀਤਾ। ਸੋ ਇਹ ਜਿਹੀਆਂ ਗੱਲਾਂ ਸੁਸਾਇਟੀ 'ਚ ਪਿੰਡਾਂ ਦੇ ਛੱਪੜ ਲੈ ਲਓ ਉਹ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ 'ਚ ਲਾਈਕ ਗੰਦਾ ਪਾਣੀ ਉਹ ਇੱਕ ਬਹੁਤ ਕੈਂਸਰ ਆ ਬਹੁਤ ਗੰਦੇ ਪਾਣੀ 'ਚੋਂ ਜਿਹੜੀ ਬਦਬੂ ਆ ਉਹਦੇ ਨਾਲ ਹੋਰ ਜਿਹੜੀਆਂ ਬਹੁਤ ਵੱਡੇ ਮੱਛਰ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਸੋ ਉਹ 'ਚ ਵੀ ਆਪਾਂ ਪਿੰਡਾਂ ਦੇ ਸਰਪੰਚਾਂ ਨੂੰ ਵੀ ਗਰੇਜ ਕਰਨਾ ਚਾਹੀਦਾ। ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਟਾਈਮ ਦਾ ਮੈਨੂੰ ਮੇਰਾ ਵੀ ਉੱਧਰ ਹੋ ਗਿਆ ਵੀ ਜਿਹੜਾ MLA ਆ ਉਹਦਾ ਇੱਕ ਡਿਊਟੀ ਬਣ ਜਾਂਦੀ ਆ ਉਸ ਏਰੀਏ ਨੂੰ ਰੀਪ੍ਰਜੈਂਟ ਕਰਨ ਦੀ ਜਿਹੜੇ ਏਰੀਏ 'ਚ ਇਲੈਕਟ ਹੋਇਆ ਉਹਦੇ 'ਚ ਉਹਨਾਂ ਨੂੰ ਉਹਨਾਂ ਦੀ ਜੌਬ ਬਣਦੀ ਆ ਉਹਦੀ ਉਹਦਾ ਜੌਬ ਡਿਊਟੀ ਆ ਵੀ ਉਹਨੇ ਜਿਹੜੀ ਉਹਦੀ ਵੋਇਸ ਆ ਆਪਣੀ ਜਿਹੜੇ ਵੀ ਉਹਨਾਂ ਦੇ ਪ੍ਰੀਮੀਅਰ ਆ ਜਾਂ ਉਹਨਾਂ ਕੋਲੇ ਜਾਂ ਉਹਨਾਂ ਨੂੰ ਸਰ ਪਹੁੰਚਾਉਣੀ ਇੰਪਲੀਮੈਂਟ ਕਰਾਉਣੀ ਆ ਉੱਥੇ ਉਹਨੂੰ ਐਂ ਨਹੀਂ ਚਾਹੀਦਾ ਵੀ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਸੂਬੇ ਦੇ ਉਹੀ ਉਸ ਪਿੰਡ ਜਾਂ ਇਲਾਕੇ ਜਾਣ ਉਹ MLA ਦੀ ਜੌਬ ਆ ਆਪਣੀ ਛੱਡ। ਮੈਂ ਦੇਖਿਆ ਵਿਚਰਦਾ ਰੋਡ ਬਣ ਗਿਆ ਬਹੁਤ ਆ ਪਰ ਜਦੋਂ ਐਵੇਂ ਛੋਟੇ ਛੋਟੇ ਨਾ ਹੋਲਾਂ ਜਦੋਂ ਪਾਟ ਹੋਲਸ ਅਸੀਂ ਕਹਿੰਦੇ ਹਾਂ ਉੱਥੇ ਸਟਾਰਟ ਹੋ ਗਏ ਸੜਕ ਐਨ ਖਰਾਬ ਹੋ ਜਾਂਦੀ ਆ। ਜਿਹੜਾ ਮੇਨਟੇਨੈਂਸ ਸਿਸਟਮ ਆ ਸਾਡਾ ਯਾਨੀ ਕਿ ਪੂਰ ਬਣਾ ਲੈਂਦੇ ਹਾਂ ਮੇਨਟੇਨੈਂਸ ਦੀ ਗੱਲ ਜੇ ਮੇਨਟੇਨੈਂਸ ਹੁਣ ਸਾਡੇ ਉੱਥੇ ਮੈਨਸ ਆਲਮੋਸਟ 25 ਆ 6 ਮੰਥ ਆਲਮੋਸਟ ਸਨੋ ਅਤੇ ਕੋਲਡ ਚੱਲਣਾ ਪ੍ਰੋਗਰਾਮ ਉਦੋਂ ਬਾਅਦ 6 ਮਹੀਨੇ ਰਿਪੇਅਰਿੰਗ ਉਹਦੀ ਚੱਲਦੀ ਹੈ। ਸੋ ਆਪਾਂ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਇੱਥੋਂ ਜਿਹੜੇ ਮਿਨਿਸਟਰ ਆ ਉਹਨਾਂ ਨੂੰ ਵੀ
मेनटेनेंस बनाने के नाल मेनटेनेंस का भी जोर देना चाहिए ता जो जी छोटा छोटा पार्ट होल आ वह एक बड़ी सारी सड़क में ना ला बैठे ये गल्लां बातें बहुत कन करवाउणियां हैगियां जिहड़ियां असीं ईजली कर सकदे। संधु साहब जिहड़े कनेडा दे विच पंजाबी वसदे आ उहनां दे वास्ते कोई तुसीं सुनेहा देना चाहोगे? जी कनेडा दे साडे एनरवीर पंजाब नाल जुड़े आ उहनां दा बैठे हो कनेडा जो यूएसए यूके और धड़कन उहनां दी पंजाब नाल असीं सारी फैमिली पिछे जे अपने तिने बच्चे वाइफ नाल असीं इत्थे बैठे मेरी फ्लाइट रात नूं सीगी 17 दी पर फिर जदों लास्ट जिहदे आउणे आ फिर 4-5 दिन आ वी कह लैंदे वी बोनस जी वल्लों नहीं वी असीं जाणा सीगा क्योंकि इत्थों जाण नूं जी नहीं करदा ईवन दो जिहड़ा इत्थों सिस्टम आ कई वार असीं फ्रस्ट्रेट भी हो जाने कोई अदारे जाने कम नहीं होंगे फिर भी अटैचमेंट फीलिंग आ सोचते हैं भी एक करजा साडा इस धरती पंजाब की धरती नूं असीं ओह करदे आ जदों मैं गया 18 साल का भी 18 साल मैं इस इत्थों जम्मिया पलिया पिंडा चो भी मैं वह करदा सो असी उतों के लोग जो उन्हें सारे की आई सोच आ भी पंजाब नाल जाके अपने पिंडा का भला करिए पंजाबी बहुत साढ़े दिल दरिया बंदे आ जो पंजाब की गल आ वह जुड़े आ इतने आके भलाई चाहते पंजाब की तो वह वीर आई कही भी जो जाओ अपना टूरनामेंट तो करा ही रहे हैं तुम जे होर भी अपने सोसायटी के अपना इशूज आ उन्होंने भी आप पैरा देिए पिंड की एजुकेशन बच्चों के विह ठीक है बहुत जरूरी है ना छप्पड़ जो पिंड है उन्होंने सोचिए क्यों जी जे आ चार तीन चीजा एजुकेशन मिल गई सूर्ग स्वर्ग है जो किसी बेटी एजुकेशन मिल गई उन्हें वो वर भी मिल जाना और जो वर के नाल वधिया जॉब भी मिल जानी है जिद सब कुछ सिस्टम सही चलूगा सो एन आर ई वीर चाहते भी यह गलों पर भी आप पहरा दे आप एक उस डिवेलप कंट्री रह रहे हैं परमात्मा ने सूँ एक बहुत व्डा मौका दिता जेड़ा कि आम लोगों को मौका नहीं गा असं चाहते भी उस अपने रल के आप वधिया होर पंजाब बनाईए इतने लोग भी खुश आ उ लोग भी खुश आ साडिया राज दुआ वाहगुरु सच्चे पातशाह इस तरह ही आ अपना एन आर ई इतने पंजाब की डिवेलपमेंट बारे सोच संतु साहब तुम अपने कीमती सैम टाइम के समा कढ़िया और साढ़े स्टूडियो आए इस वास्ते बहुत बहुत धन्यवाद।